ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਲਸ ਕੀ ਗਤ ਇਹੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ ਬੇਸੁਮਾਰ ਅਥਾਹ ਅਗਣਤ ਅਤੁਲੈ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਦੈ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਬੇਸਾ ਘਰ ਕਰਮ ਕੇ ਵਿਛੜੇ ਕਰ ਕਿਰਪਾ ਮਿਲਹ ਰਾਮ ਚਾਰ ਕੁੰਟ ਦਹਿ ਦਿਸ ਪ੍ਰਮੇ ਥਕ ਆਏ ਪ੍ਰਭ ਕੀ ਸਾਮ ਕਿਰਤ ਕਰਮ ਕੇ ਵਿਛੜੇ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਭਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ੇ ਸਦਕਾ ਅੱਜ ਚੇਤ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਨਵੇਂ ਸਾਲ ਦੀ ਆਰੰਭਤਾ ਹੋ ਰਹੀ ਹੈ ਪੰਜ ਸੌ ਬਵੰਜਵਾਂ ਸੰਮਤ ਨਾਨਕ ਸ਼ਾਹੀ ਦੀ ਰਮਤਾ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ
ਸਰਬੱਤ ਸੰਗਤਾਂ ਬੜੇ ਪ੍ਰੇਮ ਦੇ ਨਾਲ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਤੇ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਉੱਤੇ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਤਾਂ ਵਾਹਿਗੁਰੂ ਪਰਮੇਸ਼ਰ ਤਾਂ ਇੱਕ ਹੀ ਆ, ਬੰਦੇ ਦੇ ਸਰੀਰ ਵਿੱਚ ਵੀ, ਪਸ਼ੂ ਦੇ ਸਰੀਰ ਵਿੱਚ ਵੀ, ਪੰਛੀ ਦੇ ਸਰੀਰ ਵਿੱਚ ਵੀ, ਕੀੜਿਆਂ ਦੇ ਸਰੀਰ ਚ ਵੀ, ਤੇ ਫਰਕ ਕਿਸ ਗੱਲ ਦਾ ਹੈ? ਤਿੰਨਾਂ ਗੁਣਾਂ ਦਾ, 25 ਪ੍ਰਕਿਰਤੀਆਂ ਦਾ। ਤਾਂ ਉਹਨੂੰ ਕਹਿੰਦੇ ਅਦਵੈਤ ਸਰੂਪ ਇੱਕ, ਜਿਹੜਾ ਸਾਰਿਆਂ ਚ ਇੱਕੋ ਜਿਹਾ ਹੀ ਹੈ, ਕੋਈ ਵੱਧ ਨਹੀਂ, ਕੋਈ ਘੱਟ ਨਹੀਂ। ਐਸਾ ਅਦਵੈਤ ਸਰੂਪ ਪਰਮਾਤਮਾ ਓਅੰਕਾਰ ਸਾਰੇ ਸੰਸਾਰ ਨੂੰ ਪ੍ਰਕਾਸ਼ਣ ਵਾਲਾ, ਜਿਹਦੇ ਕਰਕੇ ਸਾਨੂੰ ਗਿਆਨ ਹੁੰਦਾ ਰਹਿੰਦਾ ਹੈ, ਚੀਜ਼ ਮਾੜੀ ਹੈ, ਚੰਗੀ ਹੈ, ਇੰਦਰੀਆਂ ਗ੍ਰਹਿਣ ਕਰਦੀਆਂ ਨੇ। ਸਤਿਗੁਰ ਪ੍ਰਸਾਦ ਸਤ ਜਿਹੜਾ ਕਦੀ ਵੀ ਨਾਸ਼ ਨਹੀਂ ਹੁੰਦਾ, ਗੁਰ ਚੇਤਨ ਗਿਆਨ ਸਰੂਪ ਪ੍ਰਸਾਦ ਆਨੰਦ ਸਰੂਪ, ਇਹਨੂੰ ਕੀ ਕਹਿੰਦੇ ਹਨ? ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਪਰਮਾਤਮਾ ਦੇ ਲੱਛਣ ਕੀਤੇ ਆ ਕਿ ਪਰਮਾਤਮਾ ਕੀ ਹੈ, ਵਾਹਿਗੁਰੂ ਕੀ ਸ਼ੈ ਆ, ਜਿਹੜੀ ਚੀਜ਼ ਦੇਖਦੀ ਨੀ, ਸੁਣਦੀ ਨੀ, ਉਹ ਹੈ ਕੀ ਆ? ਤਾਂ ਕਹਿੰਦੇ ਉਹ ਸਤਿਗੁਰ ਪ੍ਰਸਾਦ ਹੈ, ਇੱਕ ਹੈ, ਓਅੰਕਾਰ ਹੈ। ਤਾਂ ਪਹਿਲਾਂ ਵਾਹਿਗੁਰੂ ਪਰਮੇਸ਼ਰ ਅੱਗੇ ਬੇਨਤੀ ਕਰਦੇ ਨੇ। 12 ਮਾਹ ਦੀ ਰਮਤਾ ਗਿਆਨੀ ਬਦਨ ਸਿੰਘ ਜੀ ਨੇ ਫਰੀਦਕੋਟ ਵਾਲੇ ਟੀਕੇ ਚ ਲਿਖਿਆ ਹੈ ਕਿ ਪੰਜਵੇਂ ਪਾਤਸ਼ਾਹ ਨੇ ਪਵਿੱਤਰ ਬਚਨ ਕੀਤਾ ਕਿ ਜਿਹੜਾ ਸੰਗਰਾਂਦ ਵਾਲੇ ਦਿਨ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ, ਰੁਮਾਲਾ ਲੈ ਕੇ ਸਤਿਗੁਰਾਂ ਦੇ ਹਾਜ਼ਰ ਹੋਵੇ, ਅਰਦਾਸ ਬੇਨਤੀ ਕਰੇ, ਉਹਦੀ ਕਾਮਨਾ ਪੂਰੀ ਹੁੰਦੀ ਹੈ। ਸੋ ਪਹਿਲਾਂ ਬੇਨਤੀ 12 ਮਾਹ ਤੋਂ ਹੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਦੱਸਦੇ ਹਨ, ਸਿਖਾਉਂਦੇ ਹਨ। ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ ਜੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਹੇ ਵਾਹਿਗੁਰੂ ਪਰਮੇਸ਼ਰ ਜੀ, ਹੇ ਰਾਮ ਪਰਮਾਤਮਾ, ਅਕਾਲ ਪੁਰਜਾਮੀ ਜੀ, ਜਿਹੜੇ ਸਾਡੇ ਕਰਮ ਕੀਤੇ ਹੋਏ ਨੇ ਇਸ ਜਨਮ ਦੇ, ਪਿਛਲੇ ਜਨਮਾਂ ਦੇ, ਉਹਨਾਂ ਦੀ ਜਿਹੜੀ ਕਿਰਤ ਲਿਖਣੀ ਆ, ਲੇਖ ਆ, ਉਹਨਾਂ ਕਰਮਾਂ ਕਰਕੇ ਅਸੀਂ ਆਪ ਜੀ ਤੋਂ ਵਿਛੜੇ ਹੋਏ, ਆਪ ਜੀ ਦੀ ਪ੍ਰਾਪਤੀ ਨਹੀਂ ਹੁੰਦੀ, ਆਪ ਜੀ ਦਾ ਮਿਲਾਪ ਨਹੀਂ ਹੁੰਦਾ। ਪਰ ਆਪ ਤਾਂ ਦਿਆਲੂ ਹੋ, ਕਿਰਪਾਲੂ ਹੋ, ਕਿੰਨੀ ਵੀ ਕੋਈ ਬੰਦਗੀ ਕਰ ਲਏ, ਜਾਪ ਕਰ ਲਏ, ਤਪ ਕਰ ਲਏ, ਜਿੰਨਾ ਚਿਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਆਪ ਜੀ ਨੂੰ ਤਰਸ ਨਹੀਂ ਆਉਂਦਾ, ਉਹਨਾਂ ਚਿਰ ਉਹ ਤੁਹਾਨੂੰ ਮਿਲ ਨਹੀਂ ਸਕਦਾ। ਇਸੇ ਕਰਕੇ ਗੁਰਬਾਣੀ ਵਿੱਚ ਕਿੰਨੇ ਅਰਦਾਸਾਂ ਦੇ ਸ਼ਬਦ ਨੇ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਾ ਤੇਹੀ। ਕਿੰਨੇ ਪ੍ਰੇਮ ਦੇ ਨਾਲ ਅਰਦਾਸਾਂ ਬੇਨਤੀਆਂ ਸਿਖਾਈਆਂ ਨੇ, ਲਿਖ ਹੈ ਕਤਹਿ ਨਾ ਛੂਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤਾਂ ਅਰਦਾਸਾਂ ਬੇਨਤੀਆਂ ਸੁਣ ਕੇ ਜਦੋਂ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਦੇ ਘਰ ਚ ਆਉਂਦੇ ਨੇ ਤਾਂ ਫੇਰ ਤਾਂ ਮੇਲ ਲੈਂਦੇ ਨੇ, ਤੇ ਜਿੰਨਾ ਚਿਰ ਕਿਰਪਾ ਦੇ ਘਰ ਚ ਨਾ ਆਉਣ, ਤਰਸ ਨਾ ਆਵੇ, ਉਹਨਾਂ ਚਿਰ ਕੋਈ ਵੀ ਆਪਣੇ ਕਰਮਾਂ ਦੇ ਬਲ ਤੇ, ਆਪਣੇ ਜਪ ਤਪ ਦੇ ਬਲ ਦੇ ਜ਼ੋਰ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਇਸ ਕਰਕੇ ਬੇਨਤੀ ਹੈ, ਅਰਦਾਸ ਹੈ ਜੋਦੜੀਆਂ ਨੇ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਕਰਮਾਂ ਵੱਲ ਨਾ ਦੇਖਿਓ, ਮਾੜੇ ਜਿਹੜੇ ਪਾਪ ਅਸੀਂ ਕਰਦੇ ਹਾਂ, ਕਰਮ ਕਰਦੇ ਹਾਂ, ਜੇ ਇਹਨਾਂ ਵੱਲ ਦੇਖੋਗੇ ਫੇਰ ਨਹੀਂ ਹਿਸਾਬ ਹੋਣਾ, ਫੇਰ ਨਹੀਂ ਮਿਲ ਸਕਦੇ। ਪਰ ਆਪ ਇਹਨਾਂ ਨੂੰ ਪਾਸੇ ਕਰਕੇ
तरस करके कृपा करके मेलना करो इस जन्म दे विच बहुत जन्म बिछरे थे माधव इह जन्म तुम्हारे लेखे कह रविदास आस लग जीवो चिर भयो दर्शन देखे। ਤਾਂ ਇਸ ਪ੍ਰਕਾਰ ਸਤਿਗੁਰੂ ਜੀ ਸਾਨੂੰ ਬੇਨਤੀਆਂ ਕਰਨੀਆਂ ਸਿਖਾਉਂਦੇ ਨੇ। ਪਰਮਾਤਮਾ ਬੇਨਤੀਆਂ ਅਰਦਾਸਾਂ ਤੇ ਪ੍ਰਸੰਨ ਹੁੰਦਾ ਹੈ। ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖ ਕੇ ਪਾਇਆ ਸੀ ਕਿ ਰੱਬ ਵਰਗਾ ਵੈਦ ਨਹੀਂ ਲੱਭਣਾ, ਰੱਬ ਵਰਗਾ ਡਾਕਟਰ ਨਹੀਂ ਲੱਭਣਾ ਤੇ ਅਰਦਾਸ ਵਰਗੀ ਕੋਈ ਦਵਾਈ ਨਹੀਂ ਹੈਗੀ ਦੁਨੀਆ ਦੇ ਵਿੱਚ। ਤਾਂ ਵਾਹਿਗੁਰੂ ਪਰਮੇਸ਼ਰ ਅਰਦਾਸਾਂ ਸੁਣ ਕੇ ਪ੍ਰਸੰਨ ਹੁੰਦਾ ਹੈ। ਤਾਂ ਸਤਿਗੁਰੂ ਜੀ ਕਿਰਪਾ ਕਰਕੇ ਫਰਮਾਉਂਦੇ ਹਨ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਚਾਰ ਕੁੰਟ ਨੇ, ਚਾਰ ਦਿਸ਼ਾ ਨੇ ਸੰਸਾਰ ਦੀਆਂ। ਇਹਨਾਂ ਚਾਰਾਂ ਦਿਸ਼ਾ ਦੇ ਵਿੱਚ ਜਿੱਥੇ ਮਰਜ਼ੀ ਸੱਜਣਾ ਤੂੰ ਚਲਿਆ ਜਾ, ਚਾਰ ਮੁੱਖ ਦਿਸ਼ਾ ਤੇ ਦਸ ਉਪ ਦਿਸ਼ਾ ਛੋਟੀਆਂ ਦਿਸ਼ਾ, ਕਿਤੇ ਵੀ ਚਲਿਆ ਜਾ ਸੰਸਾਰ ਦੇ ਵਿੱਚ ਬਿਨਾਂ ਵਾਹਿਗੁਰੂ ਪਰਮੇਸ਼ਰ ਤੋਂ ਕੋਈ ਵੀ ਮੁਕਤ ਨਹੀਂ ਕਰ ਸਕਦਾ ਹੈ। ਜਿਵੇਂ ਕਬੀਰ ਸਾਹਿਬ ਜੀ ਨੂੰ ਪੁੱਛਿਆ, ਕਬੀਰ ਸਾਹਿਬ ਤੁਸੀਂ ਤਾਂ ਰੱਬ ਨੂੰ ਮਿਲੇ ਹੋਏ ਹੋ, ਤੁਹਾਡੇ ਕੋਲੇ ਨਿਚੋੜ ਹੈ ਜ਼ਿੰਦਗੀ ਦਾ, ਤਾਂ ਤੁਸੀਂ ਦੱਸੋ ਬਈ ਅਸੀਂ ਐਵੇਂ ਭਟਕਾਂਗੇ, ਟਾਈਮ ਵੇਸਟ ਕਰਾਂਗੇ, ਫਿਰ ਪਤਾ ਨਹੀਂ ਸਾਨੂੰ ਸਹੀ ਪਤਾ ਲੱਗੂਗਾ ਵੀ ਕਿ ਨਹੀਂ ਵੀ ਅਸੀਂ ਸਹੀ ਚੱਲ ਰਹੇ ਹਾਂ ਕਿ ਐਵੇਂ ਗਲਤੀ ਚੱਲੀ ਜਾਂਦੇ, ਗਲਤ ਨੂੰ ਹੀ ਸਹੀ ਮੰਨੀ ਜਾਂਦੇ। ਆਪ ਕਿਰਪਾ ਕਰਕੇ ਦੱਸੋ ਕਿ ਸੇਵਾ ਕਿਹਦੀ ਕਰਨੀ ਚਾਹੀਦੀ ਹੈ। ਤਾਂ ਕਬੀਰ ਸਾਹਿਬ ਨੇ ਨਿਚੋੜ ਕੱਢਿਆ, ਸੱਜਣਾ ਦੋ ਹੀ ਹੈ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਸੇਵਾ ਕਰਨੀ ਚਾਹੀਦੀ। ਇੱਕ ਤਾਂ ਰਾਮ ਪਰਮੇਸ਼ਰ ਜਿਹੜਾ ਮੁਕਤੀ ਦਾ ਦਾਤਾ ਹੈ, ਦੂਸਰਾ ਸੰਤ ਜਿਹੜਾ ਨਾਮ ਜਪਾਉਂਦਾ ਹੈ। ਇਹਨਾਂ ਦੋਵਾਂ ਦੇ ਚਰਨ ਫੜ ਫੇਰ ਤੇ ਤੇਰਾ ਖਹਿੜਾ ਛੁੱਟ ਜਾਵੇਗਾ, ਤੇ ਜੇ ਇਹਨਾਂ ਦੋਵਾਂ ਚੋਂ ਇੱਕ ਦੇ ਵੀ ਚਰਨੀ ਨਾ ਪਿਆ ਤਾਂ ਫੇਰ ਤੇਰੇ ਵਾਸਤੇ ਮੁਸ਼ਕਲ ਹੈ। ਭਾਵੇਂ ਚਾਰੇ ਪਾਸੇ ਦੌੜਿਆ ਫਿਰ ਜਿੰਨਾ ਜ਼ੋਰ ਹੈ ਲਾ ਲਾ, ਬੁੱਧੀ ਦਾ ਬਲ ਲਾ ਲੈ, ਮਨ ਦੀਆਂ ਚਤੁਰਾਈਆਂ ਲਾ ਲਾ, ਆਪਣਾ ਗਿਆਨ ਜਿੰਨਾ ਤੂੰ ਜ਼ਿੰਦਗੀ 'ਚ ਪੜ੍ਹਿਆ ਹੈ ਇਕੱਠਾ ਕੀਤਾ ਵਰਤ ਕੇ ਦੇਖ ਲਾ। ਜੇ ਕਾਮ ਕਰੋ ਤੇਰਾ ਖਹਿੜਾ ਛੱਡ ਕੇ ਤੇ ਕਹਿ ਦੇ, ਜੇ ਤੂੰ ਜੰਮਣ ਮਰ ਤੋਂ ਬਾਹਰ ਹੋ ਜੇ ਨਾ, ਆਪਣੇ ਗਿਆਨ ਦੇ ਜ਼ੋਰ ਤੇ, ਆਪਣੀ ਸਿਆਣਪ ਦੇ ਜ਼ੋਰ ਤੇ, ਆਪਣੇ ਪੈਸੇ ਦੇ ਜ਼ੋਰ ਤੇ, ਆਪਣੇ ਤਪ ਦੇ ਜ਼ੋਰ ਤੇ ਕਹਿੰਦੇ ਹੋ ਕੇ ਵੇਖ ਲਾ, ਜਾਂ ਚਾਰ ਕੁੰਟ ਦਹਿ ਦਿਸ ਭਰਮੇ। ਚਾਰ ਕੁੰਟ ਕਿਹੜੇ ਨੇ? ਅੰਡ ਜੀਰ ਸੇਤਜ ਉਤਪੁਜ। ਇਹਨਾਂ ਚਾਰਾਂ ਖਾਣੀਆਂ ਚ ਹੀ ਸੱਚੇ ਪਾਤਸ਼ਾਹ ਜੰਮਦੇ ਮਰਦੇ ਰਹਿੰਦੇ ਹਨ। ਜਾਂ ਚਾਰ ਕੁੰਟ ਕਿਹੜੇ ਨੇ? ਮਨ ਦੇ ਚਾਰ ਹਿੱਸਿਆਂ ਚ ਹੀ ਬੰਦਾ ਫਸਿਆ ਰਹਿੰਦਾ। ਮਨ, ਬੁੱਧ, ਚਿੱਤ ਤੇ ਹੰਕਾਰ, ਇਹ ਚਾਰ ਹਿੱਸੇ ਨੇ ਅੰਤਾਕਰਨ ਦੇ। ਇਹਨਾਂ ਚਾਰਾਂ ਚ ਹੀ ਫਸਿਆ ਰਹਿੰਦਾ, ਨਿਕਲ ਹੀ ਨਹੀਂ ਸਕਦਾ। ਤੇ ਦਸਾਂ ਦਿਸ਼ਾ ਦੇ ਵਿੱਚ, ਦਸਾਂ ਇੰਦਰੀਆਂ ਦੇ ਸਵਾਦਾਂ ਦੇ ਵਿੱਚ ਹੀ ਲਿਪਤ ਰਹਿੰਦਾ ਹੈ। ਅੱਖਾਂ ਬਦੋ ਬਦੀ ਸੁੰਦਰਤਾ ਵੱਲ ਜਾਂਦੀਆਂ ਹੀ ਜਾਂਦੀਆਂ, ਜਵਾਨ ਬਦੋ ਬਦੀ ਰਸ ਵੱਲ ਜਾਂਦੀ ਜਾਂਦੀ ਹੈ, ਕੰਨ ਬਦੋ ਬਦੀ ਆਪਣੀ ਉਸਤਤ ਤੇ ਦੂਜੇ ਦੀ ਖਾਮੀ ਸੁਣ ਕੇ ਇੰਨਾ ਸਵਾਦ ਆਉਂਦਾ ਹੈ ਠੰਡ ਪੈ ਜਾਂਦੀ ਕਿਤੇ, ਜਿੱਦਾਂ ਕਿਸੇ ਨੂੰ ਬੁਖਾਰ ਚੜਿਆ ਹੋਵੇ ਨਾ ਤੇ ਬਰਫ਼ ਸਿਰ ਤੇ ਮਲੀ ਦੀ, ਇੰਨੀ ਠੰਡ ਪੈਂਦੀ ਜਦੋਂ ਆਪਦੇ ਗੁਆਂਢੀ ਦੀ, ਆਪਦੇ ਭਰਾ ਦੀ, ਆਪਦੇ ਸ਼ਰੀਕੇ ਦੀ ਨਿੰਦਿਆ ਸੁਣਦਾ ਨਾ ਕਿਤੇ ਠੰਡ ਪੈ ਗਈ। ਤਾਂ ਜਿਹੜੀਆਂ ਦਸ ਇੰਦਰੀਆਂ ਨੇ, ਹੱਥ ਮਾੜੇ ਬੰਨੇ ਪਕੜਦੇ ਨੇ, ਪੈਰ ਮਾੜੇ ਬੰਨੇ ਧੋਂਦੇ ਨੇ, ਇਹ ਦਸ ਇੰਦਰੀਆਂ 'ਚ ਬੰਦਾ ਨਿਕਲ ਹੀ ਨਹੀਂ ਸਕਦਾ। ਚਾਰ ਕੁੰਟਾਂ ਮਨ, ਬੁੱਧ, ਚਿੱਤ, ਹੰਕਾਰ ਤੇ ਦਸ ਇੰਦਰੀਆਂ 'ਚ ਆਪਣੇ ਕੋਈ ਬਲ ਕਰਕੇ, ਆਪਣੇ ਕੋਈ ਜ਼ੋਰ ਕਰਕੇ, ਆਪਣੇ ਤਪ ਕਰਕੇ, ਆਪਣੀਆਂ ਕਿਤਾਬਾਂ ਪੜ੍ਹ ਕੇ ਕਿ ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ, ਇੰਨੀਆਂ ਲਿਖੀਆਂ, ਕਹਿੰਦੇ ਜੇ ਏਡਾ ਹੀ ਆ ਨਾ ਤਗੜਾ
ਫਿਰ ਮਨ ਬੁੱਧ ਚੇਤਨ ਘਰ ਚੋਂ ਨਿਕਲ ਕੇ ਵਿਖਾ ਫਿਰ ਤਾਂ ਅਖੀਰ ਹੱਥ ਖੜੇ ਹੋ ਜਾਣ। ਕੌਣ ਕੱਢ ਸਕਦਾ ਹੈ? ਸਿਰਫ ਤੇ ਸਿਰਫ ਪਰਮਾਤਮਾ ਜਾਂ ਸਤਿਗੁਰੂ। ਘੋਲ ਘੁੰਭਾਈ ਤੇ ਸੁਮਿੱਤਰ ਵਿਚੋਲੇ ਜੈ ਮਿਲਕੰਤ ਪਛਾਣ। ਤਾਂ ਐਸੇ ਸਤਿਗੁਰੂ ਤਾਂ ਕਹਿੰਦੇ ਹਾਰ ਕੇ ਫਿਰ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪੈਂਦਾ ਹੈ। ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਥੱਕ ਕੇ ਟੁੱਟ ਕੇ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਪੈਣਾ ਪੈਂਦਾ ਹੈ। ਤਾਂ ਫਿਰ ਵਾਹਿਗੁਰੂ ਪਰਮੇਸ਼ਰ ਸ਼ਰਨ ਆਏ ਦੀ ਰੱਖਿਆ ਕਰਦਾ। ਇਹ ਉਹਦਾ ਸੁਭਾਅ ਹੈ ਕਿ ਜਿਹੜਾ ਵੀ ਨਿਮਰਤਾ ਦੇ ਨਾਲ ਉਹਦੇ ਦਰ ਤੇ ਡਿੱਗ ਪਵੇ ਉਹਦੀ ਬਾਂਹ ਫਿਰ ਪਰਮਾਤਮਾ ਵਾਹਿਗੁਰੂ ਫੜ ਲੈਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਅਸੀਂ ਥੱਕ ਕੇ ਭਾਵ ਸਾਡੀ ਬੁੱਧੀ ਨਾ ਜਿਹੜੀ ਇਹ ਕੁੰਠੀ ਭਾਵ ਨੂੰ ਪ੍ਰਾਪਤ ਹੋ ਗਈ। ਬੁੱਧੀ ਤਿੱਖੀ ਤੇ ਬੜੀ ਕੀਤੀ ਜ਼ਿੰਦਗੀ ਦੇ ਤਜਰਬੇ ਨਾਲ, ਦੁੱਖ ਸੁੱਖ ਦੇ ਤਜਰਬੇ ਨਾਲ ਬੰਦੇ ਨੂੰ ਅਕਲ ਧਾਰਮਿਕ ਕਿਤਾਬਾਂ ਘੱਟ ਦਿੰਦੀਆਂ, ਲੋਕ ਜ਼ਿਆਦੀ ਦੇ ਦਿੰਦੇ, ਦੁਨੀਆਂ ਜ਼ਿਆਦੀ ਦੇ ਦਿੰਦੀ। ਤਿੱਖੀ ਤੇ ਬੜੀ ਕੀਤੀ ਪਰ ਪਰਮਾਤਮਾ ਜਿਹੜਾ ਤੱਤ ਆ ਉਹਨੂੰ ਨਹੀਂ ਪਕੜ ਸਕਦਾ। ਤੇ ਪੰਜਵੇਂ ਪਾਤਸ਼ਾਹ ਸੁਖਮਣੀ ਸਾਹਿਬ ਚ ਕਹਿੰਦੇ ਜਿਹਨੂੰ ਤੂੰ ਰੱਬ ਸਮਝਦਾ ਉਹ ਰੱਬ ਹੈ ਹੀ ਨਹੀਂ। ਜਿਹਨੂੰ ਤੂੰ ਪਰਮਾਤਮਾ ਸਮਝਦਾ ਨਾ ਉਹ ਪਰਮਾਤਮਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਕੌਣ ਹੈ? ਜਿਹੜਾ ਜਾਣਨ ਹਾਰ ਹੈ, ਜਿਹੜਾ ਅੰਦਰ ਬੈਠਾ ਜਾਣਦਾ ਪਿਆ ਹੈ, ਜਿਹੜੇ ਖੋਟੇ ਸੰਕਲਪਾਂ ਨੂੰ ਦੇਖਦਾ ਹੈ, ਮਾੜੇ ਸੰਕਲਪਾਂ ਨੂੰ ਦੇਖਦਾ, ਚੰਗੇ ਸੰਕਲਪਾਂ ਨੂੰ ਦੇਖਦਾ ਵੀ ਮੇਰੇ ਮਨ ਵਿੱਚ ਹੁਣ ਆਹ ਪੈਦਾ ਹੁੰਦਾ ਆਹ ਪੈਦਾ ਹੁੰਦਾ, ਪਰਮਾਤਮਾ ਉਹ ਆ। ਜਿਹੜਾ ਬਾਹਰ ਤੁਸੀਂ ਪਰਮਾਤਮਾ ਦੇਖਦੇ ਪਏ ਉਹ ਤਾਂ ਪਰਮਾਤਮਾ ਹੈ ਹੀ ਨਹੀਂ, ਉਹ ਤਾਂ ਦ੍ਰਿਸ਼ਟਮਾਨ ਹੈ ਸਗਲ ਮਥੇਂ ਦਾ, ਉਹ ਤਾਂ ਖਤਮ ਹੋ ਜਾਣ ਵਾਲਾ। ਤਾਂ ਸਤਿਗੁਰੂ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਪਰਮਾਤਮਾ ਦੀ ਬੜੀ ਸੋਹਣੀ ਵਿਆਖਿਆ ਕੀਤੀ ਵੀ ਪਰਮਾਤਮਾ ਕੌਣ ਹੈ। ਤਾਂ ਮਹਾਰਾਜ ਨੇ ਸ਼ਬਦ ਵਰਤਿਆ ਜਾਣਨ ਹਾਰ ਪ੍ਰਭੂ ਪ੍ਰਵੀਨ, ਜਿਹੜਾ ਜਾਣਦਾ ਪਿਆ ਅੰਦਰ ਬੈਠਾ ਵੀ ਹੁਣ ਮੇਰੇ ਅੰਦਰ ਮਾੜਾ ਖਿਆਲ ਆ ਗਿਆ, ਹੁਣ ਚੰਗਾ ਆ ਗਿਆ, ਹੁਣ ਜੀ ਕਰਦਾ ਸੌਂ ਜੀਏ, ਹੁਣ ਜੀ ਕਰਦਾ ਉੱਠ ਪੀਏ, ਹੁਣ ਜੀ ਕਰਦਾ ਤੁਰ ਪੀਏ, ਉੱਥੇ ਚਲੇ ਜਾਈਏ, ਇੱਥੇ ਚਲੇ ਜਾਈਏ। ਇਹਨਾਂ ਸਾਰਿਆਂ ਨੂੰ ਜਾਣਨ ਵਾਲਾ ਪ੍ਰਭੂ ਹੈ, ਜਿਹਨੂੰ ਮਹਾਰਾਜ ਕਹਿੰਦੇ ਦਾਨਾ ਬੀਨਾ ਸਾਈ ਮਹਿੰਡਾ। ਦਾਨਾ ਬੀਨਾ ਦਾ ਮਤਲਬ ਕੀ ਹੁੰਦਾ? ਜਿਹੜਾ ਜਾਣਦਾ ਵੇਖਦਾ ਸਮਝਦਾ ਸੁਣਦਾ। ਤਾਂ ਸਰੀਰ ਦੇ ਵਿੱਚ ਕਿਹੜਾ ਜਾਣਦਾ ਪਿਆ? ਇੱਕ ਬੜੀ ਕਮਾਲ ਦੀ ਗੱਲ ਸੰਤਾਂ ਨੇ ਲਿਖੀ ਹੈ। ਇੱਕ ਸੰਤ ਹੋਏ ਨੇ ਨਿਰਮਲੇ ਸੰਤ, ਸੰਤ ਨਿੱਕਾ ਸਿੰਘ ਜੀ, ਪੰਡਿਤ ਸੰਤ ਨਿੱਕਾ ਸਿੰਘ ਜੀ। ਉਹ ਕਹਿੰਦੇ ਜਿਹੜੀ ਚੀਜ਼ ਜਾਣਨ ਚ ਆਵੇ ਉਹ ਪਰਮਾਤਮਾ ਨਹੀਂ ਹੁੰਦਾ। ਤਾਂ ਦੇਖ ਲਓ, ਜਿਹੜੀ ਚੀਜ਼ ਜਾਣਨ ਚ ਆਵੇ ਉਹ ਤਾਂ ਮਨ ਤੇ ਬੁੱਧੀ ਦੇ ਥੱਲੇ ਥੱਲੇ ਹੁੰਦੀ, ਤੇ ਜਿਹੜੀ ਚੀਜ਼ ਤੇਰੇ ਮਨ ਬੁੱਧੀ ਨੂੰ ਜਾਣਦੀ ਪਈ ਪਰਮਾਤਮਾ ਤੇ ਉਹ ਆ ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀ। ਤਾਂ ਇਸ ਤਰ੍ਹਾਂ ਜਿਹੜਾ ਪਰਮਾਤਮਾ ਤੱਤ ਹੈ ਉਹਨੂੰ ਬੁੱਧੀ ਨਹੀਂ ਜਾਣ ਸਕਦੀ, ਭਾਵੇਂ ਜਿੰਨੀ ਮਰਜ਼ੀ ਤਿੱਖੀ ਹੋ ਜਾਵੇ। ਉਹ ਬੁੱਧੀ ਨੂੰ ਜਾਣਦਾ ਹੈ, ਉਹ ਮਨ ਨੂੰ ਜਾਣਦਾ ਹੈ। ਤਾਂ ਹਾਰ ਕੇ ਫਿਰ ਇਹੀ ਥੱਕਣਾ, ਜਦੋਂ ਬੁੱਧੀ ਕੁੰਠੀ ਭਾਵ ਨੂੰ ਪ੍ਰਾਪਤ ਹੋ ਜਾਂਦੀ ਵੀ ਮੇਰੇ ਤੇ ਹੱਥ ਖੜੇ, ਆਪਣੇ ਤੇ ਨਹੀਂ ਸਮਝ ਪੈਂਦੇ, ਪੱਲੇ ਪੈਂਦੀ ਗੱਲ। ਤਾਂ ਫਿਰ ਥੱਕ ਕੇ ਜਾਂ 84 ਲੱਖ ਜੂਨੀਆਂ ਭੋਗ ਕੇ ਇਸ ਜਨਮ ਵਿੱਚ ਪ੍ਰਭੂ ਦੀ ਸ਼ਾਮ, ਇਹ ਮਨੁੱਖਾ ਸਰੀਰ ਜਿਹੜਾ ਪ੍ਰਭੂ ਦੀ ਪ੍ਰਾਪਤੀ ਵਾਲਾ ਹੈ, ਇਹ ਮਿਲਣਾ ਪ੍ਰਭੂ ਦੀ ਸ਼ਰਨ ਆਉਣਾ ਹੈ ਤੇ ਸਤਿਗੁਰੂ ਜੀ ਦੇ ਚਰਨ ਫੜਨੇ ਹਨ। ਤਾਂ ਇਸ ਪ੍ਰਕਾਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਿਵੇਂ ਧੇਨ ਕਹਿੰਦੇ ਗਊ ਨੂੰ,
ਜਿਹੜੀ ਗਊ ਹੈ ਜੇ ਉਹ ਦੁੱਧ ਨਾ ਦੇਵੇ ਦੁੱਧੇ ਤੇ ਬਾਹਰ ਹੀ ਤਾਂ ਉਹ ਕਿਸ ਕੰਮ ਹੈ? ਕਿਸੇ ਕੰਮ ਵੀ ਨਹੀਂ। ਇਸੇ ਤਰ੍ਹਾਂ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਹਨ, ਜਲ ਬਿਨ ਸਾਖ ਕੁਮਲਾਵਤੀ ਉਪਜੈ ਹੈ ਨਾਹੀ ਦਾਮ। ਤੇ ਜਿਵੇਂ ਪਾਣੀ ਤੋਂ ਬਿਨਾਂ ਜਿਹੜੀ ਫਸਲ ਬੀਜੀ ਹੋਈ ਉਹ ਕੁਮਲਾ ਜਾਂਦੀ ਹੈ, ਮੈਨੇ ਸੁੱਕ ਜਾਂਦੀ ਹੈ। ਇੱਕ ਤਾਂ ਉਹ ਪੂਰੀ ਪੈਦਾ ਨਹੀਂ ਹੁੰਦੀ, ਪੈਦਾਵਾਰ ਨਹੀਂ ਹੁੰਦੀ, ਤੇ ਦੂਜਾ ਉਹ ਸੁੱਕੀ ਹੋਈ ਜਿਹੜੀ ਫਸਲ ਹੈ ਉਹ ਪੈਸੇ ਨਹੀਂ ਵਟਾਉਂਦੀ, ਦਾਮ ਨਹੀਂ ਪੈਦਾ ਕਰਦੀ, ਉਹ ਤੋਂ ਦਾਮ ਉਪਜਦਾ ਨਹੀਂ ਹੈ। ਇਸੇ ਤਰ੍ਹਾਂ ਜਿਹਨੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਤਾਂ ਉਹਦੀ ਜਿਹੜੀ ਬੁੱਧੀ ਰੂਪ ਗਊ ਹੈ ਉਹ ਫਿਰ ਸ਼ੁਭ ਗੁਣਾ ਰੂਪੀ ਦੁੱਧ ਨਹੀਂ ਦਿੰਦੀ। ਇਸ ਕਰਕੇ ਕਿਸੇ ਕੰਮ ਨਹੀਂ ਆ, ਉਹ ਵਿਸ਼ਿਆਂ ਨੂੰ ਹੀ ਵਿਸ਼ੇ ਕਰਦੀ ਰਹਿੰਦੀ ਆ, ਮਾੜੇ ਬੰਨੇ ਸਾਰੀ ਉਮਰ ਜਾਂਦੀ ਰਹਿੰਦੀ। ਤੇ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜਿਹੜੀ ਸ਼ੁਭ ਗੁਣਾਂ ਦੀ ਖੇਤੀ ਹੈ ਇਹ ਕੁਮਲਾ ਜਾਂਦੀ ਹੈ, ਪ੍ਰੇਮ ਦਾ ਜਲ ਨਹੀਂ ਹੈ। ਤੇ ਇਹਦੇ ਵਿੱਚੋਂ ਵੀ ਆਤਮਾ ਰੂਪੀ ਜਿਹੜਾ ਧਨ ਹੈ ਉਹ ਪੈਦਾ ਨਹੀਂ ਹੁੰਦਾ, ਆਤਮ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ। ਹਰ ਨਾਹ ਨਾ ਮਿਲੀਏ ਸਜਨੈ ਕਤ ਪਾਈਏ ਬਿਸਰਾਮ। ਜੇ ਹਰੀ ਜਿਹੜਾ ਪਰਮੇਸ਼ਰ ਨਾਹ ਹੈ, ਪਤੀ ਹੈ, ਮਾਲਕ ਹੈ, ਜੇ ਉਹ ਨਾ ਪ੍ਰਾਪਤ ਹੋਵੇ ਤਾਂ ਕਿਸੇ ਤਰ੍ਹਾਂ ਵੀ ਵਿਸਰਾਮ ਥਰਾ ਜਿਹੜਾ ਹੈ, ਟਿਕਾਣਾ ਜਿਹੜਾ ਹੈ, ਸਹਿਜ ਸੁੱਖ ਜਿਹੜਾ ਹੈ ਉਹ ਕਿਸੇ ਪ੍ਰਕਾਰ ਵੀ ਪ੍ਰਾਪਤ ਨਹੀਂ ਹੁੰਦਾ ਇਸ ਜੀਵ ਰੂਪ ਇਸਤਰੀ ਨੂੰ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੀ ਗ੍ਰਾਮ। ਜਿਸ ਘਰ ਮੈਨੇ ਸਰੀਰ ਦੇ ਵਿੱਚ ਤਨ ਮਹਿ ਮਨੁਆ ਮਨ ਮਹਿ ਸਾਚਾ, ਜਿਹਨੇ ਆਪਣੇ ਸਰੀਰ ਦੇ ਵਿੱਚ ਪਰਮਾਤਮਾ ਨੂੰ ਲੱਭਿਆ ਨਹੀਂ, ਪ੍ਰਗਟ ਨਹੀਂ ਕੀਤਾ, ਉਹਦਾ ਜਿਹੜਾ ਸਰੀਰ ਰੂਪੀ ਘਰ ਹੈ ਉਹ ਭਾਵੇਂ ਭੱਠ ਕਹਿੰਦੇ ਨੇ ਭੱਠੀ ਨੂੰ, ਤੇ ਨਗਰ ਕਹਿੰਦੇ ਨੇ ਵੱਡੇ ਵਸੇਬੇ ਨੂੰ, ਤੇ ਗ੍ਰਾਮ ਕਹਿੰਦੇ ਨੇ ਛੋਟੇ ਵਸੇਬੇ ਨੂੰ। ਛੋਟੇ ਪਿੰਡ ਹੁੰਦੇ ਨੇ, ਨਗਰ ਛੋਟੇ ਸ਼ਹਿਰ ਹੁੰਦੇ ਨੇ, ਇਵੇਂ ਕੀ ਵੱਡਾ ਤੇ ਕੀ ਛੋਟਾ, ਤੇ ਕੀ ਗਰੀਬ ਤੇ ਕੀ ਅਮੀਰ। ਜੇ ਪਰਮਾਤਮਾ ਇਸ ਸਰੀਰ ਦੇ ਵਿੱਚੋਂ ਨਾ ਪ੍ਰਗਟ ਹੋਵੇ, ਨਾ ਮਿਲੇ, ਤਾਂ ਉਹ ਭਾਵੇਂ ਨਗਰਾਂ ਵਾਂਗ ਬਹੁਤ ਅਮੀਰ ਹੋਣ, ਕਿੱਦਾਂ ਤਪਣਗੇ, ਜਿਵੇਂ ਭੱਠੀ ਤਪਦੀ ਆ ਨਾ ਬਲਦੀ ਆ, ਇੱਦਾਂ ਸੜਨਗੇ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਬਿਨਾਂ, ਇੱਦਾਂ ਦੁਖੀ ਹੋਣ। ਆਪਾਂ ਤਾਂ ਸਿਰਫ ਪੈਸਾ ਦੇਖਦੇ ਹਾਂ, ਪਰ ਮਹਾਰਾਜ ਕਹਿੰਦੇ ਇੱਕ ਗੱਲ ਯਾਦ ਰੱਖਿਓ, ਪੈਸਾ ਮੰਗ ਤੇ ਲਓ, ਮਿਲ ਜੂਗਾ ਗੁਰੂ ਕੋਲੋਂ, ਪਰਮਾਤਮਾ ਕੋਲੋਂ, ਪਰ ਪੈਸੇ ਨਾਲ ਚਿੰਤਾ ਓਡੀ ਵੱਡੀ ਕਹਿੰਦੇ ਦੇਣੀ, ਓਨੀ ਨਾਲ ਆਊਗੀ ਮੁਫਤ ਦੇ ਵਿੱਚ, ਪ੍ਰਵਿਰਤੀ ਨਾਲ ਓਨਾ ਹੀ ਦੁੱਖ ਆਵੇਗਾ। ਤਾਂ ਸਤਿਗੁਰੂ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ, ਜਾਂ ਸਤਿਗੁਰੂ ਜੀ ਕਹਿੰਦੇ ਵੱਡੇ ਵੱਡੇ ਜੋ ਦੀਸੈ ਲੋਕ ਤਿੰਨਕੋ ਵਿਆਪੈ ਚਿੰਤਾ ਰੋ, ਤਾਂ ਉਹ ਭੱਠ ਦੀ ਨਿਆਈ ਤਪਦੇ ਹਨ, ਜਿਵੇਂ ਤੰਦੂਰ ਤਪਦੇ ਨੇ, ਏਦਾਂ ਭਾਵੇਂ ਭਾਈ ਕੋਈ ਗਾਉਂ ਵਰਗਾ ਗਰੀਬ ਹੋਵੇ, ਕਿਉਂ ਗਾਉਂ ਚ ਪਿੰਡ ਥੋੜੇ ਹੁੰਦੇ ਆ, ਘਰ ਥੋੜੇ ਹੁੰਦੇ ਆ ਗਾਂ ਦੇ ਵਿੱਚ, ਤੇ ਕੋਈ ਨਗਰ ਵਾਂਗ ਬਹੁਤ ਅਮੀਰ ਹੋਵੇ, ਬਾਜ਼ਾਰ ਬਣੇ ਨੇ, ਚੌਂਕ ਬਣੇ ਨੇ, ਦੁਕਾਨਾਂ ਜਗ ਮਗਾਉਂਦੀਆਂ ਨੇ, ਰਾਤ ਨੂੰ ਏਦਾਂ ਜਾਪਦਾ ਦੀਵਾਲੀ ਹੈ, ਬੜੇ ਸੋਹਣੇ ਸ਼ਹਿਰ ਨੇ, ਏਦਾਂ ਅਮੀਰੀ ਹੋਵੇ ਬਹੁਤ ਜ਼ਿਆਦਾ, ਤਾਂ ਉਹ ਭੱਠ ਦੀ ਨਿਆਈ ਤੰਦੂਰ ਦੀ ਨਿਆਈ ਤਪਦੇ ਹਨ। ਇੱਕ ਜਗ੍ਹਾ ਤਾਂ ਸਤਿਗੁਰੂ ਇੱਥੋਂ ਤੱਕ ਕਹਿੰਦੇ ਨੇ ਕਿ ਜਿਸ ਬੰਦੇ ਨੇ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ,
ਉਮਰ ਬਹੁਤ ਵੱਡੀ ਭੋਗੀ ਉਹਨੇ ਤੇ ਹਮੇਸ਼ਾ ਤੁਸੀਂ ਦੇਖੋਗੇ ਜਿਹੜੀਆਂ ਅਵਤਾਰੀ ਰੂਹਾਂ ਹੁੰਦੀਆਂ ਨੇ ਉਹ 90% ਉਹਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ। ਛੇਤੀ ਆਉਂਦੇ ਨੇ, ਛੇਤੀ ਕੰਮ ਕਰਕੇ ਚਲੇ ਜਾਂਦੇ ਤੇ ਦੂਸਰੇ ਬੰਨੇ ਕਈ ਅਵਤਾਰੀ ਰੂਹਾਂ ਏਦਾਂ ਦੀਆਂ ਹੁੰਦੀਆਂ ਨੇ ਵੀ ਉਹ ਪਰਉਪਕਾਰ ਦੀ ਖਾਤਰ ਲੰਮਾ ਸਮਾਂ ਵੀ ਭੋਗਦੀਆਂ ਨੇ ਜਿਹੜੀ ਸੇਵਾ ਮਹਾਰਾਜ ਨੇ ਲੈਣੀ ਹੁੰਦੀ ਹੈ, ਪਰ 90% ਜਿਹੜੀਆਂ ਅਵਤਾਰੀ ਰੂਹਾਂ ਨੇ ਉਹਨਾਂ ਦੀ ਉਮਰ ਬੜੀ ਘੱਟ ਹੁੰਦੀ ਤੇ ਜਿਹੜਾ ਪਾਪੀ ਹੁੰਦਾ ਉਹਦੀ ਉਮਰ ਬਹੁਤ ਵੱਡੀ ਹੁੰਦੀ। ਤਾਂ ਆਪਾਂ ਕਈ ਵਾਰੀ ਉਮਰ ਵੱਡੀ ਵੇਖ ਕੇ ਤੇ ਪੈਸੇ ਆਪਣੇ ਪਾਪ ਨਾਲ ਕਮਾਇਆ ਹੋਇਆ ਉਹਦਾ ਧਨ ਦੇਖ ਕੇ ਕਈ ਵਾਰੀ ਨਾ ਸੋਚੀ ਪੈ ਜਾਂਦੇ ਤੇ ਘਬਰਾ ਜਾਂਦੇ ਕਿ ਦੇਖੋ ਬਈ ਇਹ ਤਾਂ ਸਭ ਕੁਝ ਹੀ ਕਰੀ ਜਾਂਦਾ ਹੈ ਤੇ ਰੱਬ ਨੇ ਇਹਦੀ ਕਿਹੜਾ ਲੱਤ ਭੰਨ ਲਈ, ਇਹਨੂੰ ਕੀ ਰੱਬ ਨੇ ਕਰਤਾ। ਪਰ ਸਤਿਗੁਰੂ ਮਹਾਰਾਜ ਇੱਕ ਜਗ੍ਹਾ ਬੜਾ ਸੁੰਦਰ ਇਹਦਾ ਜਵਾਬ ਦਿੰਦੇ ਨੇ ਕਿ ਠੀਕ ਹੈ ਦੇਖਣ ਨੂੰ ਇਹ ਬਾਹਰੋਂ ਬੜਾ ਸੋਹਣਾ, ਬੜਾ ਚੰਗਾ, ਬੜਾ ਸੁਖੀ ਦਿਖਦਾ, ਪਰ ਅੰਦਰੋਂ ਬਿਨਾਂ ਨਾਮ ਤੋਂ ਬਿਨਾਂ ਭਜਨ ਤੋਂ ਇੰਨਾ ਜ਼ਿਆਦਾ ਦੁਖੀ ਆ। ਤੁਸੀਂ ਦੇਖ ਲਓ ਵੀ ਜਿਹੜਾ ਸੱਪ ਹੈ ਉਹ ਜਦੋਂ ਬੰਦੇ ਨੂੰ ਡੰਗ ਮਾਰਦਾ ਤੇ ਥੋੜਾ ਜਿਹਾ ਜ਼ਹਿਰ ਹੀ ਉਹਦਾ ਅੰਦਰ ਜਾਂਦਾ ਤੇ ਬੰਦੇ ਦੀ ਕੀ ਦੁਰਦਸ਼ਾ ਹੋ ਜਾਂਦੀ। ਥੋੜਾ ਜਿਹਾ ਜ਼ਹਿਰ ਜਾਂਦਾ, ਪੂਰਾ ਨਹੀਂ। ਇੱਕ ਬੂੰਦ ਸੱਪ ਦੀ, ਜਿਹੜਾ ਚੰਗਾ ਸੱਪ ਹੈ ਜ਼ਹਿਰੀਲਾ, 50 ਬੰਦੇ ਮਾਰ ਸਕਦੀ ਹੈ ਇੱਕ ਬੂੰਦ। ਸੱਪਾਂ ਦੀਆਂ ਵੀ ਕਿਸਮਾਂ ਹੁੰਦੀਆਂ ਨਾ, ਕਈ ਤੇ ਵਿਚਾਰੇ ਉਹ ਹੀ ਬਸ ਉੱਤੇ ਉੱਤੇ ਹੀ ਸੱਪ ਨੇ ਅੰਦਰ ਹੈ ਕੱਖ। ਦੂਸਰੇ ਬੰਨੇ ਸੱਪ ਏਡੇ ਜ਼ਹਿਰੀਲੇ ਨੇ ਇੱਕ ਬੂੰਦ 50 ਨੂੰ ਲੈ ਪਵੇ। ਇੱਕ ਬੂੰਦ ਚ ਇੰਨਾ ਦੁੱਖ ਆ, ਇੰਨੀ ਤੜਫ ਆ, ਇੰਨੀ ਅੱਗ ਆ। ਜਦੋਂ ਕਿਸੇ ਬੰਦੇ ਨੂੰ ਸੱਪ ਡੰਗ ਮਾਰਦਾ ਹੈ ਤੇ ਕੀ ਉਹਦੀ ਦੁਰਦਸ਼ਾ ਹੋ ਜਾਂਦੀ ਸਰੀਰ ਤੇ। ਸੱਪ ਦੇ ਵਿੱਚ ਜਿਹਦੇ ਵਿੱਚ ਇੰਨਾ ਜ਼ਹਿਰ ਭਰਿਆ, ਉਹ ਕਿੰਨਾ ਕੁ ਅੰਦਰੋਂ ਸੜਦਾ ਹੋਊਗਾ, ਕਿੰਨਾ ਕੁ ਤੜਫਦਾ ਹੋਊਗਾ ਬੰਦੇ ਅੰਦਰ ਤੇ ਐਵੇਂ ਮਾੜਾ ਜਿਹਾ ਗਿਆ ਤੇ ਬੰਦੇ ਦੀ ਇਹੋ ਜਿਹੀ ਦੁਰਦਸ਼ਾ ਹੋ ਗਈ, ਮੌਤ ਹੋ ਜਾਂਦੀ। ਕਈ ਵਾਰੀ ਤੜਫਦਾ ਹੈ ਬੰਦਾ, ਬੁਰਾ ਹਾਲ ਹੋ ਜਾਂਦਾ, ਕਈ ਦਿਨ ਲੱਗ ਜਾਂਦੇ ਜ਼ਹਿਰ ਕੱਢਦਿਆਂ ਨੂੰ। ਇਹ ਗੱਲ ਬੜੀ ਧਿਆਨ ਦੇਣ ਵਾਲੀ ਆ ਵੀ ਜਿੰਨੀ ਛੇਤੀ ਮਰਨ ਵਾਲੀ ਚੀਜ਼ ਅਸਰ ਕਰਦੀ, ਉਨੀ ਛੇਤੀ ਜਿਉਣ ਵਾਲੀ ਚੀਜ਼ ਨਹੀਂ ਅਸਰ ਕਰਦੀ। ਜਿਹੜੇ ਬੱਚੇ ਨਾਰਾਜ਼ ਹੋ ਕੇ ਮਾਤਾ ਪਿਤਾ ਨਾਲ ਜ਼ਹਿਰ ਪੀ ਲੈਂਦੇ ਨੇ, ਜ਼ਹਿਰ ਖਾ ਲੈਂਦੇ ਨੇ, ਦੁਖੀ ਹੋ ਗਏ, ਤੇ ਜਦੋਂ ਹਸਪੀਟਲ ਲੈ ਕੇ ਜਾਂਦੇ ਜ਼ਹਿਰ ਕੱਢਣਾ ਹੁੰਦਾ ਹੈ ਤੇ ਹਫ਼ਤਾ ਵੀ ਲੱਗ ਜਾਂਦਾ, 3 ਦਿਨ ਵੀ ਲੱਗ ਜਾਂਦੇ, ਖਾਧਾ ਤੇ ਘੰਟੇ ਬਾਅਦ ਅਸਰ, ਤੇ ਕੱਢਣ ਲੱਗੇ ਤੇ 3 ਦਿਨ 4 ਦਿਨ ਹਫ਼ਤਾ। ਤਾਂ ਜਿੰਨੀ ਛੇਤੀ ਮਾੜੀ ਚੀਜ਼ ਅਸਰ ਕਰਦੀ ਆ, ਇਹ ਪਤਾ ਨੀ ਕੀ ਕੁਦਰਤ ਦਾ ਫੈਸਲਾ, ਉਨੀ ਛੇਤੀ ਚੰਗੀ ਚੀਜ਼ ਅਸਰ ਨਹੀਂ ਕਰਦੀ। ਇਸੇ ਤਰ੍ਹਾਂ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਬਾਣੀ ਪੜ੍ਹਦੇ ਅਸਰ ਤਾਂ ਕੋਈ ਹੁੰਦਾ ਨੀ, ਇਹਦਾ ਮਤਲਬ ਸਾਡੇ ਜ਼ਹਿਰ ਹੀ ਜ਼ਿਆਦਾ। ਇਹਦਾ ਮਤਲਬ ਤੇ ਫਿਰ ਇਹੀ ਹੈ ਨਾ ਵੀ ਅਸੀਂ ਜ਼ਹਿਰ ਦੇ ਜ਼ਿਆਦੇ ਭਰੇ ਹੋਵਾਂਗੇ। ਨਾਮ ਜਪਦੇ ਅਸਰ ਤਾਂ ਹੁੰਦਾ ਨੀ, ਤਾਂ ਜਿੰਨਾ ਚਿਰ ਅੰਦਰੋਂ ਜ਼ਹਿਰ ਹਉਮੈ ਨਹੀਂ ਨਿਕਲਦੀ ਕਿਸੇ ਦੇ, ਪੂਰਨ ਤੌਰ ਤੇ ਹਉਮੈ ਨਹੀਂ ਨਿਕਲਦੀ, ਓਨਾ ਚਿਰ ਤੰਦਰੁਸਤ ਨਹੀਂ ਹੁੰਦਾ, ਓਨਾ ਚਿਰ ਨਾਮ ਮਿੱਠਾ ਨਹੀਂ ਲੱਗਦਾ। ਇੱਦਾਂ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਹਨ। ਤਾਂ ਜਿਸ ਸੱਪ ਦੀ ਇੱਕ ਬੂੰਦ ਏਡਾ ਨੁਕਸਾਨ ਕਰਦੀ ਆ, ਸਾੜਦੀ ਆ ਬੰਦੇ ਨੂੰ, ਤੇ ਉਹ ਸੱਪ ਦੇ ਵਿੱਚ ਕਿੰਨਾ ਜ਼ਹਿਰ, ਉਹਦਾ ਕੀ ਅਸ਼ਰ ਹੁੰਦਾ ਹੋਊਗਾ, ਕਦੀ ਸੋਚਿਆ ਕਿਸੇ? ਤਾਂ ਮਹਾਰਾਜ ਕਹਿੰਦੇ ਸੱਜਣਾ ਤੂੰ 100 ਸਾਲ ਭੋਗ, ਪਰ ਜੇ ਤੂੰ ਨਾਮ ਨਹੀਂ ਜਪਦਾ ਤੇ ਸੱਪ ਵਾਂਗ, ਕਹਿੰਦੇ ਜਿਵੇਂ ਸੱਪ ਸੜਦਾ ਨਾ ਆਪਦੇ ਜ਼ਹਿਰ ਨਾਲ ਆਪ, ਏਦਾਂ ਕਹਿੰਦੇ ਸਾਰੀ ਉਮਰ ਤੂੰ ਸੜਦਾ ਰਹੇਗਾ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਆਰ ਜਾ,
ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ। ਤਾਂ ਨਾਮ ਤੋਂ ਬਿਨਾਂ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਤਾਂ ਮਹਾਰਾਜ ਕਹਿੰਦੇ ਇਹ ਅਮੀਰੀਆਂ, ਇਹ ਪੈਸਾ, ਇਹ ਧਨ ਦੌਲਤ ਤੰਦੂਰ ਵਾਂਗ ਕਹਿੰਦੇ ਤਪਾਉਂਦੇ ਬੰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਜਗ੍ਹਾ ਲਿਖਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣ, ਤੇਰੇ ਨਾਮ ਜਪਣ ਤੋਂ ਬਿਨਾਂ ਤਾਂ ਬਿਸਤਰਾ ਮੈਨੂੰ ਏਦਾਂ ਜਾਪਦਾ ਜਿੱਦਾਂ ਵਿੱਚ ਸੱਪ ਪਏ ਹੋਣ ਤੇ ਮੈਂ ਸੱਪਾਂ ਚ ਸੁੱਤਾ। ਆ ਪਿੱਛੇ ਜੇ ਭਗਵਾਨ ਸ਼ਿਵ ਦੀ ਸ਼ਿਵਰਾਤਰੀ ਆਈ ਸੀ, ਸਾਰੀ ਦੁਨੀਆ ਭਗਵਾਨ ਸ਼ਿਵ ਦੀ ਪੂਜਾ ਕਰਦੀ ਜਿਹੜੇ ਉਹਨਾਂ ਨੂੰ ਮੰਨਦੇ। ਰੁਦਰ ਧਿਆਨ, ਗੁਰਬਾਣੀ ਨੇ ਵੀ ਮੋਹਰ ਲਾਈ ਹੈ ਵੀ ਧਿਆਨੀ ਉਹਨਾਂ ਵਰਗਾ ਨਹੀਂ ਕੋਈ ਹੋ ਸਕਦਾ, ਪਰ ਗੁਰੂ ਤੋਂ ਸਭ ਥੱਲੇ ਨੇ, ਕਿਉਂ ਗੁਰੂ ਤੋਂ ਬਿਨਾਂ ਮੁਕਤ ਨਹੀਂ ਹੁੰਦਾ ਤੇ ਈਸ਼ਵਰ ਕੋਟੀ ਕਿਸੇ ਨੂੰ ਮੁਕਤ ਨਹੀਂ ਕਰਦੀ, ਵਰ ਦੇ ਸਕਦੀ। ਮਲਸੀਆਂ ਵਾਲੇ ਭਾਈ ਭਗੀਰਥ ਨੇ ਸਾਰੀ ਉਮਰ ਦੁਰਗਾ ਦੀ ਪੂਜਾ ਕੀਤੀ ਕਾਲੀ ਦੀ, ਤੇ ਉਹਨੇ ਰਾਤ ਸੁਪਨੇ ਚ ਕਹਿ ਦਿੱਤਾ ਜੋ ਲੈਣਾ ਲੈ ਲਾ, ਜੇ ਮੁਕਤੀ ਲੈਣੀ ਤੇ ਫਿਰ ਗੁਰੂ ਦੇ ਚਰਨ ਫੜ ਜਾ। ਇਹ ਈਸ਼ਵਰ ਆ, ਦੁਰਗਾ ਈਸ਼ਵਰ ਆ, ਸ਼ਿਵ ਈਸ਼ਵਰ ਆ, ਵਿਸ਼ਨੂੰ ਈਸ਼ਵਰ ਆ, ਗਣੇਸ਼ ਈਸ਼ਵਰ ਆ, ਸੂਰਜ ਈਸ਼ਵਰ, ਈਸ਼ਵਰ ਕੋਟੀ ਮੁਕਤ ਨਹੀਂ ਕਰ ਸਕਦੀ ਜਿੰਨਾ ਚਿਰ ਪੂਰਨ ਗੁਰੂ ਦੇ ਕੋਈ ਚਰਨ ਨਾ ਫੜ ਲੈ। ਤਾਂ ਸੱਪਾਂ ਦੇ ਨਾਲ ਰਹਿਣਾ, ਸ਼ਿਵਰਾਤਰੀ ਦਾ ਮਤਲਬ ਕੀ ਹੁੰਦਾ? ਭਗਵਾਨ ਸ਼ਿਵ ਦੀ ਮੂਰਤੀ ਤੁਸੀਂ ਦੇਖੋ ਧਿਆਨ ਨਾਲ, ਸਰੀਰ ਤੇ ਸਵਾਹ ਮਲੀ ਆ, ਮੈਨੇ ਇਹ ਸਰੀਰ ਇੱਕ ਦਿਨ ਸੜ ਕੇ ਸਵਾਹ ਆਉਣਾ ਹੈ, ਤੇ ਗਲ ਦੇ ਵਿੱਚ ਪਾਇਆ ਸੱਪ, ਮੌਤ ਤੇਰੇ ਬੁੱਕਲ ਦੇ ਵਿੱਚ ਰਹਿੰਦੀ ਆ। ਮਹਾਰਾਜ ਕਹਿੰਦੇ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਗਰੀਬੀ ਚੰਗੀ ਆ ਜੇ ਨਾਮ ਜਪਦਾ ਹੋਵੇ, ਤੇ ਅਮੀਰੀ ਭੱਠ ਖੇੜਿਆਂ ਦਾ ਰਹਿਣਾ, ਉਹ ਤਾਂ ਤੰਦੂਰ ਵਾਂਗ ਤਪਣ ਦੀ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ, ਸਰਾਬ ਸੀਗਾਰ ਤੰਬੋਲ ਰਾਸ ਸਣ ਦੇਹੀ ਸਭ ਖਾਮ, ਉਹਦੇ ਕੀਤੇ ਹੋਏ ਜੀਵ ਰੂਪ ਇਸਤਰੀ ਦੇ ਸਾਰੇ ਸ਼ਿੰਗਾਰ, ਚੱਬੇ ਹੋਏ ਪਾਨਾਂ ਦੇ ਬੀੜੇ, ਤੰਬੋਲ ਰਾਸ ਸਣ ਦੇਹੀ ਸਭ ਖਾਮ, ਉਹ ਸਰੀਰ ਦੇ ਸਮੇਤ ਸਭ ਵਿਅਰਥ ਨੇ ਜੇ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ, ਜੇ ਪਤੀ ਨਹੀਂ, ਤੇ ਜੇ ਪਤੀ ਤੋਂ ਬਿਨਾਂ ਹਾਰ ਹੋਵੇ, ਸ਼ਿੰਗਾਰ ਹੋਵੇ, ਤੇ ਫਿਰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ, ਪਤੀ ਮਿਲਿਆ ਨਹੀਂ, ਪਰਮਾਤਮਾ ਦੀ ਪ੍ਰਾਪਤੀ ਨਹੀਂ, ਤੇ ਏਡੇ ਅਡੰਬਰ। ਇਸ ਕਰਕੇ ਜਿਹੜਾ ਕਵੇ ਨਾ ਵੀ ਨਾਮ ਜਪਿਆਂ ਸਾਹ ਇੱਥੇ ਚੜ ਜਾਂਦੇ ਆ, ਉੱਥੇ ਜਾ ਕੇ ਟੰਗੇ ਰਹਿੰਦੇ ਆ, ਐਸ ਸ਼ਬਦ ਨਾ ਆ ਹੁੰਦਾ, ਉਸ ਸ਼ਬਦ ਨਾ ਆ ਹੁੰਦਾ, ਉਹਦੀ ਕਥਾ ਤੇ ਸੁਣਨੀ ਨੀ ਸਾਰੀ ਉਮਰ, ਕਿਉਂ? ਉਹਦੇ ਪੱਲੇ ਕੁਝ ਨੀ, ਉਹ ਵੰਡਦਾ ਬਹੁਤ ਕੁਝ ਪਿਆ, ਇਹਦਾ ਮਤਲਬ ਉਹ ਤੋਂ ਹੈ ਕੁਝ ਨੀ, ਮੰਡੀ ਸਭ ਕੁਝ ਜਾਂਦਾ, ਤੇ ਜਿੰਨਾ ਕੋਲੇ ਕੁਝ ਹੋਵੇ ਉਹ ਤਾਂ ਘਰ ਵਾਲੀ ਨੂੰ ਨੀ ਦੱਸਦੇ ਵੀ ਮੇਰੇ ਤੋਂ ਇੰਨੇ ਰੁਪਈਏ, ਕਿਤੇ ਪੇਕਿਆਂ ਨੂੰ ਨਾ ਦਵਾ ਦੇ, ਆਪਦੇ ਟੱਬਰ ਨੂੰ ਨਾ ਦਵਾ ਦੇ, ਰਿਸ਼ਤੇਦਾਰਾਂ ਨੂੰ ਨਾ ਦਵਾ ਦੇ, ਉਹ ਨਹੀਂ ਦਹਾਵਾ ਨਿਕਲ ਦਿੰਦੇ ਵੀ ਬਾਅਦ ਚ ਲੈ ਕੇ ਮੁੱਕਰ ਜਾਣਗੇ, ਤੇ ਜਿਹਦੇ ਪੱਲੇ ਧੇਲਾ ਨਾ ਨਾ ਹੋਵੇ, ਏਦਾਂ ਕਰ ਲਓ, ਉਦਾਂ ਕਰ ਲਓ। ਆ ਜਿੰਨੇ ਕਹਿੰਦੇ ਆ ਨਾ ਵੀ ਫਲਾਨੇ ਸ਼ਬਦ ਨਾ ਆ ਹੁੰਦਾ, ਫਲਾਨੇ ਸ਼ਬਦ ਨਾ ਆ ਹੁੰਦਾ, ਇਹ ਉਹ ਕਹਿ ਰਹੇ ਆ, ਮਾਫ ਕਰਿਓ, ਗੁੱਸਾ ਨਾ ਕਰਿਓ, ਪੂਰਾ ਤਾਂ ਨਹੀਂ ਇਹਨਾਂ ਚੋਂ ਕੋਈ ਹੋਣਾ, ਜੇ ਹੋਵੇ ਵੀ ਤੇ ਮੈਂ ਮਾਫੀ ਮੰਗਦਾ। ਜਿਨ੍ਹਾਂ ਨੇ ਨਾਮ ਦੀ ਕਮਾਈ ਨਹੀਂ ਕੀਤੀ, ਜਿਹਨੇ ਨਾਮ ਦੀ ਕਮਾਈ ਕੀਤੀ ਉਹਨੇ ਕਦੀ ਕਿਹਾ ਸੀ ਵੀ ਏਦਾਂ ਕਰ ਲਾ ਤੇ ਏਦਾਂ ਹੋ ਜਾਊ? ਉਹ ਸਿੱਧਾ ਕਹਿੰਦੇ ਗੁਰਬਾਣੀ ਪੜ, ਨਾਮ ਦਾ ਅਭਿਆਸ ਕਰ, ਇਹ ਤੋਂ ਵੱਡਾ ਕੀ ਹੈ? ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਿਹਾ ਸੀ ਵੀ ਮੈਂ ਆਹ ਸ਼ਬਦ ਦੀ ਕਮਾਈ ਕਰਦਾ, ਸਭ ਗੱਲਾਂ ਪਿੱਛੋਂ ਜੋੜੀ ਜਾਂਦੇ, ਇਹਦਾ ਮਤਲਬ ਕੀ ਵੀ ਹੈ ਕੁਝ ਨਹੀਂ ਆ, ਤੇ ਜਿਹਦੇ ਕੋਲੇ ਕੱਖ ਨਾ ਹੋਵੇ ਐਵੇਂ ਮੰਡੀ ਜਾਂਦੇ, ਹੈ ਕੀ ਆ? ਕੁਝ ਵੀ ਨਹੀਂ। ਜਿਹਨੇ ਕੁਝ ਕੀਤਾ ਹੋਊਗਾ ਉਹ ਨਹੀਂ ਭੇਤ ਦਿੰਦਾ, ਹੋਣ ਖੁਦਾਏ ਦੇ ਭੇਤ ਨਾ ਕਿਸੇ ਦੇਣ,
ਗੁਰੂ ਪਰਮਾਤਮਾ ਕਿਰਪਾ ਕਰਕੇ ਕਿਸੇ ਜਗਿਆਸੂ ਨੂੰ ਅਧਿਕਾਰੀ ਨੂੰ ਕੁਝ ਉਹਨਾਂ ਤੋਂ ਦਵਾ ਦਿਓ ਵੱਖਰੀ ਗੱਲ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਅਡੰਬਰ ਸਭ ਝੂਠੇ ਨੇ ਬਿਨਾਂ ਪਰਮੇਸ਼ਰ। ਤਾਂ ਸਤਿਗੁਰੂ ਜੀ ਦਾ ਇੱਕ ਬੜਾ ਸੋਹਣਾ ਬਚਨ ਆਉਂਦਾ ਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਨੇ ਕਿ ਕੋਈ ਭੈਣ, ਕੋਈ ਬੀਬੀ, ਕੋਈ ਬੱਚੀ, ਕਿਸੇ ਕੁੜੀ ਦਾ ਵਿਆਹ ਸੀ ਤੇ ਉਹਨੂੰ ਕਵੇ ਏਦਾਂ ਰਹੀਦਾ ਜਾ ਕੇ ਘਰੇ, ਘਰ ਵਾਲੇ ਨਾਲ ਏਦਾਂ ਦਾ ਸਲੂਕ ਕਰੀਦਾ ਹੈ, ਸੱਸ ਸਹੁਰੇ ਨੂੰ ਏਦਾਂ ਮਾਤਾ ਪਿਤਾ ਮੰਨੀਦਾ ਹੈ। ਉਹ ਜਿਹਦਾ ਵਿਆਹ ਸੀ ਉਹਨੇ ਅੱਗੇ ਉਹ ਪੁੱਛ ਲਿਆ ਕਿ ਭੈਣ ਜੀ ਤੂੰ ਵਿਆਹੀ ਆ? ਕਹਿੰਦੀ ਨਹੀਂ ਮੇਰਾ ਤਾਂ ਨੀ ਵਿਆਹ ਹੋਇਆ। ਉਹ ਚੁੱਪ ਹੋ ਗਈ ਵਿਚਾਰੀ। ਤਾਂ ਮਹਾਰਾਜ ਕਹਿੰਦੇ ਪਰਮਾਤਮਾ ਮਿਲਿਆ ਨਹੀਂ ਤੇ ਪਰਮਾਤਮਾ ਦੀਆਂ ਗੱਲਾਂ ਵੀ ਏਦਾਂ ਪ੍ਰਾਪਤ ਹੋਣਾ, ਓਦਾਂ ਪ੍ਰਾਪਤ ਹੋਣਾ, ਇਸ ਤਰ੍ਹਾਂ ਉਹਦੀ ਪ੍ਰਾਪਤੀ ਹੋਣੀ ਹੈ। ਤਾਂ ਇਹ ਕਿਸ ਤਰ੍ਹਾਂ ਹੈ, ਜਿੱਦਾਂ ਗੱਲੀ ਹਾਂ ਸੁਹਾਗਣੀ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ, ਜਾਂ ਧਾਰਮਿਕ ਗ੍ਰੰਥਾਂ ਵਿੱਚ ਕਹਿੰਦੇ ਅੰਨਾ ਰਾਹ ਦੱਸੇ ਰਾਹਗੀਰਾਂ ਨੂੰ, ਹੋਵੇ ਅੰਨਾ ਤੇ ਦੱਸੇ ਰਾਹ, ਗੁੰਗਾ ਸੁਰਾਂ ਦਾ ਲੜਦਾ ਯੁੱਧ ਹੋਵੇ, ਛੁੱਟੜ ਆਖੇ ਖਸਮ ਦੀ ਖੈਰ ਮੰਗੇ, ਜਿਹੜੀ ਛੁੱਟੜ ਹੈ ਉਹ ਖਸਮ ਦੀ ਖੈਰ ਮੰਗਣੀ ਦੱਸੇ, ਤੇ ਬਾਂਝ ਜਿਹੜੀ ਹੈ ਨਾ ਬਾਂਝ ਉਹ ਨੁਕਤਾ ਦਵੇ ਵੀ ਪੁੱਤ ਕਿੱਦਾਂ ਜੰਮੀਦਾ, ਤੇ ਤੋਕੜ ਦੱਸੇ ਵੀ ਥਣੀ ਦੁੱਧ ਕਿਵੇਂ ਉਤਰੇ। ਇਹ ਸਭ ਉਹਨਾਂ ਦੀਆਂ ਗੱਲਾਂ ਨੇ ਜਿਹੜੇ ਵੰਡੀ ਜਾਂਦੇ ਆ। ਤੇ ਮੈਂ ਹੈਰਾਨ ਆ, ਪਤਾ ਨੀ ਕਿੰਨੇ ਕੁ ਸ਼ਬਦ ਰੱਖੀ ਫਿਰਦੇ। ਤੇ ਗੁੱਸਾ ਨਾ ਕਰਿਓ, ਮਖੌਲ ਵਾਲੀ ਗੱਲ ਆ, ਛੜਾ ਦੱਸੇ ਵੀ ਚੁੱਲ੍ਹੇ ਚ ਅੱਗ ਕਿੱਦਾਂ ਬਲਦੀ, ਅਮਲੀ ਦੱਸੇ ਵੀ ਸੁੱਧ ਬੁੱਧ ਕਿੱਦਾਂ ਹੁੰਦੀ, ਵੇਸਵਾ ਦੱਸੇ ਵੀ ਇੱਜ਼ਤ ਕਿੱਦਾਂ ਰਹਿੰਦੀ ਹੈ, ਤੇ ਖੁਸਰਾ ਦੱਸੇ ਕਿੱਦਾਂ ਹੁੰਦਾ ਹੈ, ਇਹ ਸਭ ਉਸ ਕੈਟਾਗਰੀ ਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਜੇ ਵਾਹਿਗੁਰੂ ਪਰਮੇਸ਼ਰ ਨਹੀਂ ਤਾਂ ਗੱਲੀ ਹੋ ਸੁਹਾਗਣੀ ਭੈਣ, ਤੇ ਹਾਲਾਤ ਕਿੱਦਾਂ ਦੇ, ਕੰਤ ਨਾ ਕਬਹੂ ਮੈਂ ਮਿਲਿਆ। ਤਾਂ ਉਹਨਾਂ ਦੇ ਕੀਤੇ ਹੋਏ ਸ਼ਿੰਗਾਰ, ਤੰਬੋਲ ਰਸ, ਅਹਮ ਬ੍ਰਹਮ ਅਸਮੀ, ਉੱਚੇ ਬੋਲ ਬੋਲੇ ਹੋਏ, ਉੱਚੀਆਂ ਗੱਲਾਂ ਕੀਤੀਆਂ ਹੋਈਆਂ, ਜਿਵੇਂ ਇੱਲ ਬੜੀ ਉੱਚੀ ਉੱਡਦੀ ਆ, ਉੱਚੀਆਂ ਗੱਲਾਂ ਅਸਮਾਨੀ ਗੱਲਾਂ ਕੀਤੀਆਂ ਹੋਈਆਂ, ਉਹਨਾਂ ਦੇ ਸਰੀਰ ਸਮੇਤ ਸਾਧਨਾ ਸਮੇਤ ਸਾਰੇ ਹੀ ਖਾਮ ਨਿਸਫਲ ਹਨ। ਪ੍ਰਭ ਸਵਾਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ। ਪ੍ਰਭੂ ਪਰਮੇਸ਼ਰ ਵਾਹਿਗੁਰੂ ਜਿਹੜਾ ਸਵਾਮੀ ਹੈ, ਮਾਲਕ ਹੈ, ਜਿਹੜਾ ਸਾਡਾ ਸਰੂਪ ਹੈ, ਕੰਤ ਪਤੀ ਹੈ, ਉਹਦੇ ਤੋਂ ਬਿਨਾਂ, ਲਾੜੇ ਤੋਂ ਬਿਨਾਂ ਬਰਾਤ ਵਿੱਚ ਜਿੰਨੇ ਮਿੱਤਰ ਨੇ, ਜਿੰਨੇ ਸੱਜਣ ਨੇ, ਇਹ ਕਿਸ ਕੰਮ ਨੇ? ਜੇ ਲਾੜਾ ਹੀ ਨਹੀਂ ਤੇ ਬਰਾਤ ਕਿਹਦੀ ਹੈ? ਤਾਂ ਪ੍ਰਭੂ ਸਵਾਮੀ ਜਿਹੜਾ ਕੰਤ ਆ, ਸਹੁ ਆ, ਪਤੀ ਆ, ਮਾਲਕ ਆ, ਲਾੜਾ ਵਾ, ਉਹਦੇ ਬਿਨਾਂ ਸੰਸਾਰ ਦੇ ਜਿੰਨੇ ਰਿਸ਼ਤੇ ਨੇ ਸਭ ਜਮਾਂ ਦੀ ਨਿਆਈ ਹਨ ਤੇ ਸਭ ਨਰਕਾਂ ਦੇ ਵਿੱਚ ਹੀ ਪਾਉਣ ਵਾਲੇ ਹਨ, ਨਰਕਾਂ ਵਿੱਚ ਹੀ ਲਿਜਾਣ ਵਾਲੇ ਨੇ। ਜਿਵੇਂ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਸਾਰੇ ਸਾਧਨ ਸਿਫਰ ਨੇ, ਤੇ ਜੇ ਵਾਹਿਗੁਰੂ ਦਾ ਸਿਮਰਨ ਹੋਵੇ ਤੇ ਫਿਰ ਏਕਾ ਲੱਗ ਜਾਂਦਾ ਤੇ ਮੁੱਲ ਵੱਧ ਜਾਂਦਾ ਹੈ। ਤਾਂ ਲਾੜੇ ਤੋਂ ਬਿਨਾਂ ਜਿੱਦਾਂ ਬਰਾਤ ਦੇ ਸੱਜਣ ਸਭ ਜੰਮਦੀ ਨਿਆਈ ਪ੍ਰਤੀਤ ਨੇ ਹੁੰਦੇ ਨੇ, ਇਸੇ ਤਰ੍ਹਾਂ ਸਿਮਰਨ ਤੋਂ ਬਿਨਾਂ ਸਾਰੇ ਸਾਧਨ ਨਿਸਫਲ ਹਨ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਇਸ ਕਰਕੇ ਸਤਿਗੁਰੂ ਜੀ ਬੇਨਤੀ ਕਰਨੀ ਸਿਖਾਉਂਦੇ ਨੇ ਕਿ ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ, ਮਿਹਰ ਕਰਕੇ, ਤਰਸ ਕਰਕੇ, ਦਇਆ ਕਰਕੇ ਨਾਮ ਦਿਓ। ਹੁਣ ਨਾਮ ਤਾਂ ਸਾਰੇ ਹੀ ਲਈ ਫਿਰਦੇ, ਮੈਂ ਫਲਾਨੇ ਡੇਰੇ ਤੋਂ ਲਿਆ, ਮੈਂ ਫਲਾਨੇ ਤੋਂ ਲਿਆ, ਤੇ ਕਈ ਕਹਿੰਦੇ ਨਾਮ ਦਾ ਕੀ ਹੈ, ਸਾਡਾ ਬਾਪੂ ਵੀ ਕਹਿੰਦਾ ਹੁੰਦਾ ਸੀ ਪੁੱਤ ਵਾਹਿਗੁਰੂ ਵਾਹਿਗੁਰੂ ਕਰਿਆ ਗਿਆ, ਨਾਮ ਤਾਂ ਸਾਰੇ ਲਈ ਫਿਰਦੇ। ਅਸਲੀ ਨਾਮ ਕੀ ਹੈ?
ਜਿਹੜਾ ਨਾਮ ਮਨੁੱਖ ਦੇ ਅੰਦਰੋਂ ਪ੍ਰਗਟ ਹੋ ਜੇ ਬਾਹਰੋਂ ਜਪਣ ਕਰਕੇ। ਇਹੋ ਜਿਹਾ ਨਾਮ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦੇ ਦਿਓ। ਜਾਂ ਨਾਮ ਕਹਿੰਦੇ ਪ੍ਰਸਿੱਧ ਨੂੰ, ਜਿਹੜਾ ਪ੍ਰਸਿੱਧ ਪਰਮਾਤਮਾ ਹੈ ਜਿਹਦੇ ਚ ਆਮ ਰੋਗ ਨਾ ਨਹੀਂ ਹੈ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਉਹਦੀ ਕਿਰਪਾ ਕਰਕੇ ਤਰਸ ਕਰਕੇ ਦਇਆ ਕਰਕੇ ਪ੍ਰਾਪਤੀ ਕਰਵਾ ਦੋ। ਹਰ ਮਿਲਹੁ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ। ਉਸ ਸੁਆਮੀ ਮਾਲਕ ਪਰਮੇਸ਼ਰ ਦੇ ਸੰਗ ਮੇਲ ਦੋ, ਉਹਦਾ ਮਿਲਾਪ ਕਰਾ ਦੋ, ਜਿਸ ਵਾਹਿਗੁਰੂ ਦਾ ਧਾਮ ਘਰ ਨਿਹਚਲ ਹੈ, ਜਿਹਦੇ ਉੱਤੇ ਸਮੇਂ ਦਾ ਅਸਰ ਨਹੀਂ। ਪਰਮਾਤਮਾ ਦਾ ਸਰੂਪ ਕਿੱਦਾਂ ਦਾ, ਉਹਦੇ ਤੇ ਵੀ ਸਮੇਂ ਦਾ ਅਸਰ ਨਹੀਂ। ਪਰਮਾਤਮਾ ਦੇ ਬਸਤਰ ਕਿੱਦਾਂ ਦੇ, ਉਹਦੇ ਤੇ ਵੀ ਸਮੇਂ ਦਾ ਅਸਰ ਨਹੀਂ। ਪਰਮਾਤਮਾ ਦਾ ਕੀਰਤਨ ਅਖੰਡ ਭੋਜਨ ਜਿਹੜਾ ਹੈ, ਉਹਦੇ ਤੇ ਵੀ ਸਮੇਂ ਦਾ ਅਸਰ ਨਹੀਂ। ਤੇ ਪਰਮਾਤਮਾ ਦਾ ਸੱਚਖੰਡ ਘਰ ਕਿੱਦਾਂ ਦਾ, ਉਹਦੇ ਤੇ ਵੀ ਸਮੇਂ ਦਾ ਅਸਰ ਨਹੀਂ। ਸਾਡੇ ਤੇ ਸਮੇਂ ਦਾ ਅਸਰ, ਸਮੇਂ ਚ ਜੰਮੇ ਆ, ਸਮੇਂ ਚ ਹੀ ਖਤਮ ਹੋ ਜਾਣਾ। ਜਦੋਂ ਜੰਮਦੇ ਉਦੋਂ ਤਰੀਕ ਲਿਖ ਦਿੰਦੇ ਫਲਾਨੀ ਬਰਥ ਸਰਟੀਫਿਕੇਟ, ਜਦੋਂ ਮਰਾਂਗੇ ਫਲਾਨੀ ਤਰੀਕ ਡੈਥ ਸਰਟੀਫਿਕੇਟ, ਐਸ ਜੰਮਿਆ ਐਸ ਨੂੰ ਮਰਿਆ। ਪਰ ਪਰਮਾਤਮਾ ਕਿੱਦਾਂ ਦਾ, ਅਕਾਲ ਹੈ ਕਾਲ ਤੋਂ ਰਹਿਤ, ਜਿਸ ਦਾ ਧਾਮ ਸਰੂਪ, ਜਿਹਦਾ ਸਰਗੁਣ ਸਰੂਪ ਜਿਹੜਾ ਸੱਚਖੰਡ, ਤੇ ਧਾਮ ਆਤਮ ਸਰੂਪ ਜਿਹੜਾ ਬ੍ਰਹਮ ਗਿਆਨ ਹੈ, ਆਤਮ ਤੱਤ ਹੈ ਜਿਹੜਾ ਨਿਸ਼ਚਲ ਹੈ, ਜਿਹਦੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਆਤਮ ਤੱਤ ਉੱਤੇ, ਨਾ ਜੰਮਣ ਦਾ, ਨਾ ਮਰਨ ਦਾ, ਨਾ ਖੁਸ਼ੀ ਦਾ, ਨਾ ਗਮੀ ਦਾ, ਨਾ ਸੋਗ, ਨਾ ਚਿੰਤਾ, ਨਾ ਸੋਨੇ ਦਾ, ਨਾ ਮਿੱਟੀ ਦਾ, ਨਾ ਜ਼ਹਿਰ ਦਾ, ਨਾ ਅੰਮ੍ਰਿਤ ਦਾ। ਗੀਤਾ ਵਿੱਚ ਭਗਵਾਨ ਕ੍ਰਿਸ਼ਨ ਕਹਿੰਦੇ, ਨੈਨਮ ਸ਼ਦੰਤੀ ਸ਼ਸਤਰਾਣੀ ਨੈਨਮ ਦਹਿਤੀ ਨੈਨਮ ਦਹਿਤੀ ਪਾਵਕਾ, ਨਾ ਚਾ ਕਲੇ ਦਿਨ ਤੇ ਆਪੋ, ਨਾ ਚਾ ਸ਼ੋਚੇਤੀ ਮਾਰੂ ਤਾ। ਜਿਸ ਆਤਮ ਤੱਤ ਉੱਤੇ ਨਾ ਕਿਸੇ ਸ਼ਸਤਰ ਦਾ ਅਸਰ, ਨਾ ਸ਼ਸਤਰ ਦਾ ਅਸਰ, ਅਸਤਰ ਦਾ ਅਸਰ, ਨਾ ਪਾਣੀ ਦਾ ਅਸਰ, ਨਾ ਹਵਾ ਦਾ ਅਸਰ, ਨਾ ਅੱਗ ਉਹਨੂੰ ਸਾੜ ਸਕਦੀ, ਐਸਾ ਨਿਹਚਲ ਸਰੂਪ, ਐਸਾ ਨਿਹਚਲ ਸੱਚਖੰਡ ਵਾਲਾ ਜਿਹੜਾ ਪ੍ਰਭੂ ਪਰਮੇਸ਼ਰ ਹੈ, ਉਹਦੇ ਸੰਗ ਆਪ ਜੀ ਮੇਲ ਦੇਣਾ ਕਰੋ। ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਕਣਾ। ਆਪ ਸਾਰੀਆਂ ਸੰਗਤਾਂ ਨੂੰ ਦਮਦਮੇ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਪ੍ਰਾਪਤ ਹੋਵੇ। ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਜਿਹੜਾ ਹੈ ਆਰੰਭ ਹੁੰਦਾ ਹੈ। ਚੇਤ ਦੇ ਮਹੀਨੇ ਵਿੱਚ ਜਿਹੜਾ ਪਰਮੇਸ਼ਰ ਬਾਣੀ ਕਰਕੇ ਜਾਣਨੇ ਜੋ ਗੋਬਿੰਦ ਹੈ, ਉਹਦੀ ਆਰਾਧਨਾ ਪੂਜਾ ਕਰਨੀ ਚਾਹੀਦੀ ਹੈ, ਆਰਾਧਨਾ ਉਹਦੀ ਭਗਤੀ ਕਰਨੀ ਚਾਹੀਦੀ ਹੈ। ਤੇ ਭਗਤੀ ਨੌ ਤਰ੍ਹਾਂ ਦੀ ਮੰਨੀ ਹੈ, ਆਰਾਧਨਾ ਮੈਨੇ ਭਗਤੀ। ਤੇ ਭਗਤੀ ਦਾ ਸੌਖਾ ਜਿਹਾ ਤਰੀਕਾ ਕੀ ਹੈ, ਜਦੋਂ ਤੁਸੀਂ ਕੋਈ ਚੀਜ਼ ਪਰਮਾਤਮਾ ਨੂੰ ਅਰਪਣ ਕਰਨ ਲੱਗ ਪਓ, ਜਿਵੇਂ ਕੋਈ ਵਸਤਰ ਲਿਆਂਦਾ, ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪ ਜੀ ਅੰਗੀਕਾਰ ਕਰੋ, ਕੜਾਹ ਪ੍ਰਸ਼ਾਦ ਲਿਆਂਦਾ, ਅਰਦਾਸ ਕੀਤੀ ਸੱਚੇ ਪਾਤਸ਼ਾਹ ਭੋਗ ਲਾਓ, ਪ੍ਰਸੰਨ ਹੋ ਕੇ ਛਕੋ, ਤਾਂ ਜਦੋਂ ਕੋਈ ਅਸੀਂ ਚੀਜ਼ ਉਹਨੂੰ ਅਰਪਣ ਕਰਨ ਲੱਗ ਪੈਂਦੇ, ਉਦੋਂ ਭਗਤੀ ਸ਼ੁਰੂ ਹੋ ਜਾਂਦੀ ਹੈ, ਆਰਾਧਨਾ ਸ਼ੁਰੂ ਹੋ ਜਾਂਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚੇਤ ਦੇ ਮਹੀਨੇ 'ਚ ਜਿਹੜਾ ਬਾਣੀ ਕਰਕੇ ਜਾਣਨੇ ਜੋ ਗੋਬਿੰਦ ਪਰਮੇਸ਼ਰ ਜੀ ਹਨ, ਉਹਨਾਂ ਦੀ ਆਰਾਧਨਾ ਕਰਨੀ ਚਾਹੀਦੀ ਹੈ। ਜਿਹਦਾ ਫਲ ਕੀ ਹੈ ਕਿ ਹਰਸ਼ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਆਨੰਦ ਕਹਿੰਦੇ ਹਰਸ਼ ਨੂੰ, ਹਰਸ਼ ਦੀ ਇੱਕ ਅਵਸਥਾ ਮੰਨੀ ਗਈ ਆ, ਜਿਸ ਤੇ ਜਾ ਕੇ ਦੁੱਖ ਸੁੱਖ ਦਾ ਅਸਰ ਨਹੀਂ ਰਹਿੰਦਾ, ਜਿਹਦਾ ਜ਼ਿਕਰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਵੀ ਕਹਿੰਦੇ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਤਾਂ ਉਹਨੂੰ ਹਰਸ਼ ਦੀ ਅਵਸਥਾ ਕਹਿੰਦੇ ਹਨ। ਇਹਨੂੰ ਸੱਤਵੀਂ ਵੀ ਮੰਨਿਆ ਗਿਆ, ਤਾਂ ਇਹ ਘਣਾ ਆਨੰਦ। ਹਰਸ਼ ਦੀ ਅਵਸਥਾ ਕਦੋਂ ਪ੍ਰਾਪਤ ਹੁੰਦੀ ਹੈ, ਜਦੋਂ ਗੋਬਿੰਦ ਪਰਮੇਸ਼ਰ ਜੀ ਦੀ ਆਰਾਧਨਾ ਕਰਨ ਲੱਗ ਪਈਦੀ ਹੈ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਇਹ ਚੀਜ਼, ਇਹ ਅਵਸਥਾ ਕਿੱਥੋਂ ਪ੍ਰਾਪਤ ਹੁੰਦੀ ਹੈ? ਸੰਤਾਂ ਪਾਸੋਂ। ਸੰਤ ਕੌਣ ਹੈ? ਜਿਹੜਾ ਇਸ ਸਰੀਰ ਦੇ ਵਿੱਚ
मन दे विच बैठा होया परमात्मा जना दवे उह संत मन्निया गया है। ते जिहड़ा इस शरीर दे विच परमात्मा ना सिद्ध कर सके भी किहड़ी थां ते किहड़ी जगह ते परमात्मा तत् शरीर च बैठा उहदा ज्ञान ना करा सके उह संत नहीं है, उह सिर्फ वडियाई है जां उहदा सत्कार उहदे नाल दे कर। ਤਾਂ ਸੰਤ ਕੌਣ ਹੈ? ਮਹਾਰਾਜ ਕਹਿੰਦੇ ਰਾਮ ਨਾਮ ਸੰਤਨ ਕਰ ਪਾਇਆ। ਆਤਮ ਤੱਤ ਦੀ ਪ੍ਰਾਪਤੀ ਸੰਤਾਂ ਦੇ ਕੋਲੋਂ ਹੁੰਦੀ, ਕਿਉਂ? ਸੰਤ ਇਸ ਭੇਦ ਨੂੰ ਜਾਣਦੇ। ਬਾਕੀ ਜਿਹੜਾ ਸੰਸਾਰ ਸਭ ਬੁੱਤ ਪ੍ਰਸਤੀ ਦੇ ਵਿੱਚ ਲਾ ਦਿੰਦਾ ਹੈ, ਬਾਹਰਲੇ ਪਰਮੇਸ਼ਰ ਦੇ ਨਾਲ ਜੋੜ ਦਿੰਦਾ ਹੈ। ਜਿਹੜਾ ਅਸਲੀ ਪਰਮੇਸ਼ਰ ਅੰਦਰ ਬੈਠਾ ਉਹਦੇ ਨਾਲ ਨਹੀਂ ਕੋਈ ਜੋੜਦਾ ਹੈ। ਜਿਵੇਂ ਛੋਟੇ ਜਿਹੇ ਬੱਚੇ ਨੂੰ ਪਹਿਲਾਂ ਅੱਖਰਾਂ ਨਾਲ ਜੋੜਨਾ ਪੈਂਦਾ, ਊੜਾ ਊਠ ਐੜਾ ਅੰਬ ਈੜੀ ਇੱਟ ਕਹਿ ਦਿੰਦੇ ਨੇ, ਤਾਂ ਇਹ ਤਰੀਕਾ ਕੀ ਆ? ਬਾਹਰ ਪਹਿਲਾਂ ਜੋੜਦੇ ਆ, ਫਿਰ ਜਦੋਂ ਗਿਆਨ ਹੋ ਜਾਂਦਾ ਫਿਰ ਅੰਦਰ ਜੋੜ ਦਿੰਦੇ ਹਨ। ਤਾਂ ਸੰਤ ਕੌਣ ਹੈ? ਆਪਣਾ ਬਣਾਇਆ ਸੰਤ ਨਹੀਂ, ਆਪਣੇ ਆਪ ਬਣਿਆ ਸੰਤ ਨਹੀਂ। ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਕੋ ਨਦਰ ਕਰ, ਜਿਨ੍ਹਾਂ ਨੂੰ ਪਰਮੇਸ਼ਰ ਬਣਾਵੇ। ਤਾਂ ਜਿਹੜਾ ਇਸ ਸਰੀਰ ਦੇ ਵਿੱਚ ਵਾਹਿਗੁਰੂ ਤੱਤ ਨੂੰ ਜਣਾ ਦੇਵੇ ਕਿ ਇਸ ਸਰੀਰ ਦੇ ਵਿੱਚ ਜਾਣਨ ਵਾਲਾ ਜਾਂ ਪਾਰਖ ਜਿਹੜਾ ਹੈ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਜਿਹੜਾ ਇਸ ਸਰੀਰ 'ਚ ਬੈਠਾ ਖੋਟੇ ਤੇ ਖਰੇ ਦੀ ਪਛਾਣ ਕਰਦਾ ਪਿਆ। ਬਹੁਤੇ ਲੋਕ ਤਾਂ ਸੁਰਤੀ ਨੂੰ ਹੀ ਪਰਮਾਤਮਾ ਮੰਨੀ ਬੈਠੇ। ਸੁਰਤੀ ਮੈਨੇ ਦਿਮਾਗ, ਵੀ ਦਿਮਾਗ ਕਰਕੇ ਕੰਮ ਚੱਲਦਾ ਸਾਰਾ, ਦਿਮਾਗੀ ਪਰਮਾਤਮਾ। ਸਾਇੰਸ ਦਾ ਤੇ ਧਰਮ ਦਾ ਇੰਨਾ ਕੁ ਫਰਕ ਹੈ, ਸਾਇੰਸ ਦਿਮਾਗ ਨੂੰ ਮੰਨਦੀ ਸਭ ਕੁਝ, ਸੁਰਤੀ ਨੂੰ ਮੰਨਦੀ, ਧਿਆਨ ਨੂੰ ਮੰਨਦੀ ਹੈ। ਪਰ ਸੰਤ ਜਿਹੜੇ ਨੇ, ਗੁਰਬਾਣੀ ਜਿਹੜੀ, ਉਹ ਇਹ ਤੋਂ ਵੀ ਅੱਗੇ, ਨਾਨਕ ਪਾਰਖ ਆਪ ਜਿਹਨ ਖੋਟਾ ਖਰਾ ਪਛਾਣਿਆ। ਮਨ 'ਚ ਦਿਮਾਗ 'ਚ ਖੋਟਾ ਖਿਆਲ ਆਇਆ, ਜਿਹਨੇ ਪਛਾਣ ਲਿਆ ਵੀ ਹੁਣ ਖੋਟਾ ਚੱਲਦਾ ਪਿਆ, ਤੇ ਜਿਹਨੇ ਪਹਿਚਾਣ ਲਿਆ ਵੀ ਹੁਣ ਚੰਗਾ ਚੱਲਦਾ ਪਿਆ, ਜਿਹੜਾ ਵੇਖਣ ਵਾਲਾ ਹੈ, ਤਾਂ ਉਹਦੀ ਜਿਹੜੀ ਪਹਿਚਾਣ ਕਰਾ ਦੇ ਉਹ ਸੰਤ ਹੈ। ਉਹਦੀ ਸੇਵਾ 'ਚ ਬਿਨਾਂ ਕਹੇ ਲੱਗ ਜਾਣਾ ਚਾਹੀਦਾ, ਬਿਨਾਂ ਪੁੱਛੇ ਬਿਨਾਂ ਦੱਸੇ ਲੱਗੇ ਰਹਿਣਾ ਚਾਹੀਦਾ। ਜਿਹੜਾ ਇਹ ਪਹਿਚਾਣ ਨਾ ਕਰਾ ਸਕੇ ਉਹਦਾ ਸਤਿਕਾਰ ਹੈ ਵੀ ਉਹ ਸੰਤ ਹੈ, ਉਹਦੀ ਵਡਿਆਈ ਹੋਊਗੀ ਵੀ ਉਹ ਸੰਤ ਹੈ। ਤਾਂ ਸੰਤ ਕੌਣ ਹੈ? ਮਹਾਰਾਜ ਕਹਿੰਦੇ ਰਾਮ ਨਾਮ ਸੰਤਨ ਕਰ ਪਾਇਆ। ਜਿਹੜਾ ਐਸੇ ਰਾਮ ਨਾਮ ਨੂੰ, ਆਤਮ ਉਪਦੇਸ਼ ਨੂੰ ਕਿਰਪਾ ਕਰਕੇ ਜਣਾ ਦੇਵੇ, ਤਾਂ ਸੰਤ ਜਣਾ ਮਿਲ ਪਾਈ ਹੈ। ਐਸੇ ਜਿਹੜੇ ਸੰਤ ਨੇ ਉਹਨਾਂ ਨਾਲ ਮਿਲ ਕੇ ਪਾ ਲਈਦਾ ਹੈ। ਨਾਲ ਨਾਲ ਕੀ ਹੁੰਦਾ ਹੈ? ਰਸਨਾ ਨਾਮ ਭਣਾ, ਨਾਮ ਦੀ ਕਮਾਈ ਕਰਨੀ, ਨਾਮ ਜਪਣਾ ਤੇ ਸੰਤਾਂ ਦਾ ਸੰਗ, ਫਿਰ ਇਹਨਾਂ ਦੋਵਾਂ ਸ਼ੈਆਂ ਨਾਲ ਮਿਲ ਕੇ ਪ੍ਰਭੂ ਪਰਮਾਤਮਾ ਨੂੰ ਪਾ ਲਈਦਾ। ਗੁਰੂ ਘਰ ਦੇ ਵਿੱਚ ਤਿੰਨ ਸੱਸੇ ਮੰਨੇ ਆ ਜਿਹਨੇ ਜ਼ਿੰਦਗੀ ਸਫਲ ਕਰਨੀ, ਤਿੰਨ ਸੱਸੇ। ਉਹ ਕਿਹੜੇ? ਸੱਸਾ ਸਿਮਰਨ, ਦੂਜਾ ਸੱਸਾ ਕਿਹੜਾ? ਸੇਵਾ, ਤੀਜਾ ਸੱਸਾ ਕਿਹੜਾ? ਸਤਸੰਗ। ਇਹ ਤਿੰਨ ਸੱਸੇ ਜਿਹਨੇ ਨਾ ਛੱਡੇ ਸਾਰੀ ਉਮਰ, ਉਹ ਆਤਮ ਤੱਤ ਨੂੰ ਪ੍ਰਾਪਤ ਕਰ ਲੈਂਦਾ, ਉਹ ਜੀਵਨ ਆਪਣਾ ਸਫਲ ਕਰ ਲੈਂਦਾ। ਤਾਂ ਸੰਤਾਂ ਦਾ ਸੰਗ ਤੇ ਨਾਮ ਦਾ ਭਣਨਾ ਜਬਾਨ ਦੇ ਨਾਲ, ਨਾਮ ਦਾ ਜਪਣਾ ਰਸਨਾ ਨਾਲ, ਫਿਰ ਕੀ ਹੈ? ਪਾ ਲਈਦਾ। ਵਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਮਹਾਂਪੁਰਸ਼ ਹੋਏ ਨਾ, ਵਿਦਿਆ ਮਾਰਤਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਇਹ ਨਿਯਮ ਸੀ ਕਿ ਜਿਹੜੀ ਉਹਨਾਂ ਦੀ 3-4 ਘੰਟੇ ਦੀ ਨੀਂਦ ਸੀ, ਉਹਦੇ ਬਾਅਦ ਉਹ ਪਹਿਲਾਂ ਗੁਰਮੰਤਰ ਵਾਹਿਗੁਰੂ ਮੰਤਰ ਪੜ੍ਹਦੇ, ਫਿਰ ਉਹ ਆਪਣਾ ਨਿਤਨੇਮ ਕਰਦੇ, ਨਿਤਨੇਮ ਕਰਨ ਤੋਂ ਬਾਅਦ ਫਿਰ ਉਹ ਕਥਾ ਕਰਦੇ, ਕਥਾ ਕਰਨ ਤੋਂ ਬਾਅਦ ਫਿਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਕਿੰਨੇ ਪੱਤਰੇ ਸਹਿਜ ਪਾਠ ਕਰਦੇ। ਕਥਾ ਕਰਨ ਤੋਂ ਬਾਅਦ ਵੀ ਉਹ ਕਈ ਘੰਟੇ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆਪਣਾ ਜਾਪ ਕਰਦੇ ਰਹੇ, ਫਿਰ ਆਸਣ ਤੇ ਚਲੇ ਜਾਂਦੇ, ਜਲ ਪਾਣੀ ਛਕਦੇ, ਜਾਂ ਕੁਝ ਪੜ੍ਹਾਉਣਾ ਜਾਂ ਪੜ੍ਹਨਾ ਜਾਂ ਕੁਝ ਯਾਦ ਕਰਨਾ ਜਾਂ ਕੁਝ ਆਰਾਮ ਕਰਨਾ, ਬੋਲਦੇ ਬਹੁਤ ਘੱਟ। ਫਿਰ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ 5 ਗ੍ਰੰਥੀ ਸੁਣਨ ਲੱਗ ਪਏ।
ਜੈਤ ਸ਼੍ਰੀ ਦੀ ਵਾਰ ਸੁਣਨ ਲੱਗ ਪਏ, ਭਗਤਾਂ ਦੀ ਬਾਣੀ ਸੁਣਨ ਲੱਗ ਪਏ, 25 ਪਾਠ ਜਪਜੀ ਸਾਹਿਬ ਦੇ ਸੁਣਨ ਲੱਗ ਪਏ, ਫਿਰ ਸ਼ਾਮ ਨੂੰ ਕਥਾ ਕਰ ਲਈ, ਦੁਪਹਿਰੇ ਦਸਮ ਦੀ ਕਥਾ ਕਰ ਲਈ। ਬੋਲਣਾ ਨਹੀਂ, ਬਸ ਕਮਾਈ ਕਰੀ ਜਾਣੀ, ਕਮਾਈ ਕਰੀ ਜਾਣੀ। ਕਿਉਂ? ਉਹਨਾਂ ਨੂੰ ਪਤਾ ਸੀ ਵੀ ਇੱਕ ਇੱਕ ਸਕਿੰਟ ਦਾ ਮੁੱਲ ਕਿੰਨਾ ਹੈ, ਤੇ ਜਿਹਨੂੰ ਪਤਾ ਹੋਵੇ ਨਾ ਵੀ ਕਰੋੜਾਂ ਰੁਪਈਆ ਆ ਰਿਹਾ ਵਾ, ਉਹ ਕਦੀ ਕਹੂਗਾ ਵੀ ਬੰਦ ਕਰੋ? ਹਰ ਘੜੀ ਆਉਣ ਦੇ, ਅਰਬਾਂ ਰੁਪਈਆ ਆ ਰਿਹਾ ਆਉਣ ਦੇ ਬਈ। ਤਾਂ ਜਿੰਨੀ ਕਮਾਈ ਹੈ ਉਨੀ ਸਫਲੀ। ਤਾਂ ਮਹਾਂਪੁਰਖਾਂ ਦੀ ਇਹ ਖਾਸੀਅਤ ਸੀ ਕਿ ਬਹੁਤਾ ਨਹੀਂ ਸੀ ਬੋਲਦੇ ਉਹ ਕਦੀ। ਹਾਲ ਚਾਲ ਪੁੱਛਣਾ, ਜਲ ਪਾਣੀ ਪੁੱਛਣਾ, ਚਲੋ ਮੇਰੇ ਭਾਈ, ਇਹ ਤੋਂ ਵੱਧ ਕੁਝ ਨਹੀਂ। ਇਹੋ ਜਿਹਾ ਉਹਨਾਂ ਦਾ ਸੁਭਾਅ ਸੀ। ਤਾਂ ਮਹਾਰਾਜ ਕਹਿੰਦੇ ਉਹਨਾਂ ਵਾਸਤੇ, ਮਹਾਤਮਾ ਵਾਸਤੇ ਇੱਕ ਸਕਿੰਟ ਵੀ ਇੰਨਾ ਮੁੱਲ ਰੱਖਦਾ ਹੈ, ਇੱਕ ਸਕਿੰਟ ਦੀ ਵੀ ਇੰਨੀ ਕਦਰ ਉਹਨਾਂ ਦੀ ਜ਼ਿੰਦਗੀ ਚ ਕਿ ਮੇਰਾ ਜਨਮ ਵਿਅਰਥ ਜਾ ਰਿਹਾ, ਇੱਕ ਖਿੰਨ ਅੱਖ ਚ ਮੱਕਣੀ ਵੀ ਉਹਨਾਂ ਵਾਸਤੇ ਵਾਹਿਗੁਰੂ ਤੋਂ ਬਿਨਾਂ ਸਾਰਾ ਜਨਮ ਹੀ ਉਹ ਕਹਿੰਦੇ ਹਨ ਵਿਅਰਥ ਜਾ ਰਿਹਾ ਹੈ। ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ। ਉਹ ਪ੍ਰਭੂ ਪਰਮੇਸ਼ਰ ਜਿਹੜਾ ਜੋਤੀ ਸਰੂਪ ਹੈ, ਉਹਦੀ ਜੋਤ ਹਰ ਥਾਂ ਤੇ ਹਰ ਛਾਇ ਦੇ ਵਿੱਚ ਬੈਠੀ ਹੋਈ। ਸਭ ਮਹਿ ਜੋਤ, ਜੋਤ ਹੈ ਸੋਏ। ਉਹਦੀ ਜੋਤ ਜਲ ਵਿੱਚ ਵੀ, ਥਲ ਵਿੱਚ ਵੀ, ਮਹੀਅਲ ਮਹੀ ਧਰਤੀ ਵਿੱਚ ਵੀ, ਅਲ ਆਕਾਸ਼ ਵਿੱਚ ਵੀ ਪੂਰਿਆ ਪਰਿਪੂਰਨ ਹੈ, ਹਾਜ਼ਰ ਨਾਜ਼ਰ ਹੈ, ਤੇ ਵਣਾਂ ਦੇ ਵਿੱਚ ਵੀ ਉਹ ਰਵਿਆ ਹੋਇਆ ਹੈ, ਵਿਆਪਕ ਹੋ ਕੇ ਬੈਠਾ ਹੈ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ। ਜੇ ਐਸਾ ਪ੍ਰਭੂ ਪਰਮੇਸ਼ਰ ਜਿਹੜਾ ਪਰਿਪੂਰਨ ਜ਼ਰੇ ਜ਼ਰੇ ਵਿੱਚ ਬੈਠਾ ਹੈ, ਜੇ ਐਸਾ ਪ੍ਰਭੂ ਪਰਮੇਸ਼ਰ ਚਿੱਤ ਦੇ ਵਿੱਚ ਨਾ ਆਵੇ, ਸਿਮਰਨ ਦੇ ਵਿੱਚ ਨਾ ਆਵੇ, ਯਾਦ ਵਿੱਚ ਨਾ ਆਵੇ, ਤਾਂ ਉਹਨਾਂ ਪ੍ਰੇਮੀਆਂ ਵਾਸਤੇ, ਵਿਰਾਗੀਆਂ ਵਾਸਤੇ ਕਿੰਨਾ ਕੁ ਦੁੱਖ ਹੈ। ਮਹਾਰਾਜ ਕਹਿੰਦੇ ਇਹ ਗਿਣ ਕੇ ਦੱਸਿਆ ਨਹੀਂ ਜਾ ਸਕਦਾ। ਜਾਂ ਜਿਹੜੇ ਉਹਦਾ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਉਹਨਾਂ ਨੂੰ ਕਿੰਨਾ ਕੁ ਦੁੱਖ ਪ੍ਰਾਪਤ ਹੋਊਗਾ, ਇਹ ਕੋਈ ਗਿਣਤੀ ਨਹੀਂ ਹੈ, ਇਹ ਅੰਦਾਜ਼ਾ ਹੈ। ਸਤਿਗੁਰੂ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਾਰੇ ਸੰਸਾਰ ਦੇ ਰੋਗ ਉਹਨਾਂ ਤਾਂ ਹੀ ਪੈ ਜਾਂਦੇ ਹਨ ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਭੁੱਲ ਜਾਂਦੇ ਨੇ, ਉਹ ਤੋਂ ਬੇਮੁਖ ਹੋ ਜਾਂਦੇ ਹਨ। ਜਿਹੜਾ ਪ੍ਰਭੂ ਪਰਮੇਸ਼ਰ ਹਰ ਥਾਂ ਤੇ ਪਰਿਪੂਰਨ ਹੈ, ਰਵਿਆ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ, ਜਗਤ ਗੁਰੂ, ਸੱਚੇ ਪਾਤਸ਼ਾਹ, ਗਰੀਬ ਨਿਵਾਜ, ਜੋਤੀ ਸਰੂਪ, ਪਰਮਾਤਮਾ ਦਾ ਪ੍ਰਤੱਖ ਰੂਪ, ਬਾਹਰ ਦੇਸ਼ ਦੇ ਵਿੱਚ ਵਿਚਰਦੇ ਪਏ ਸਨ। ਭਾਈ ਸਾਹਿਬ, ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ। ਬੇਨਤੀ ਕਿਉਂ ਕੀਤੀ? ਕਿ ਕੋਈ ਯਤਨ ਨਾ ਹੋਇਆ ਪ੍ਰਸ਼ਾਦੇ ਦਾ। ਤਾਂ ਜਦੋਂ ਕੋਈ ਯਤਨ ਨਾ ਹੋਵੇ ਉਦੋਂ ਬੇਨਤੀ ਕਰਨੀ ਚਾਹੀਦੀ ਹੈ। ਪਹਿਲਾਂ ਉਹਨਾਂ ਨੇ ਯਤਨ ਕੀਤੇ, ਪਰ ਯਤਨ ਨਾ ਸਿਰੇ ਚੜਿਆ ਤਾਂ ਉਹਨਾਂ ਆਖਿਆ, ਹੇ ਮਾਤਾ ਪਿਤਾ ਸਰੂਪ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਤੁਸੀਂ ਮੇਰਾ ਸਾਡਾ ਸਭ ਕੁਝ ਹੋ। ਮਾਤਾ ਵੀ ਤੁਸੀਂ ਹੋ, ਪਿਤਾ ਵੀ ਤੁਸੀਂ ਹੋ, ਭੈਣ ਭਾਈ ਵੀ ਤੁਸੀਂ ਹੋ। ਇਸ ਸਮੇਂ ਮੈਨੂੰ ਭੁੱਖ ਲੱਗੀ ਹੈ ਤੇ ਮੇਰੀ ਜਾਨ ਨਿਕਲਦੀ ਜਾਂਦੀ ਹੈ, ਤੇ ਹੋਰ ਕਿਸੇ ਅੱਗੇ ਮੈਂ ਹੱਥ ਕੀ ਅੱਡਣਾ ਹੈ, ਜਦੋਂ ਤੁਸੀਂ ਸਭ ਕੁਝ ਹੀ ਮੇਰਾ ਤੁਸੀਂ ਹੋ। ਤਾਂ ਮੇਰਾ ਫਰਜ਼ ਹੈ, ਮੈਂ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਕੁਝ ਨਾ ਕੁਝ ਮੇਰੇ ਤੇ ਕਿਰਪਾ ਕਰੋ, ਮੇਰੀ ਭੁੱਖ ਦੂਰ ਹੋਵੇ। ਪਰਮਾਤਮਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਬਾਣ ਤ੍ਰਿਣ ਪਰਬਤ ਹੈ ਪਾਰ ਬ੍ਰਹਮ। ਕਿਹੜੀ ਥਾਂ ਜਿੱਥੇ ਹੈ ਨਹੀਂ? ਸੋ ਸਤਿਗੁਰੂ ਜੀ ਨੇ ਆਖਿਆ ਬੜੇ ਪ੍ਰੇਮ ਦੇ ਨਾਲ, ਭਾਈ ਕੀਰਤਨ ਕਰੀਏ। ਨਿਰਜਨ ਮਨ ਸੀ, ਕੀਰਤਨ ਕਰਨਾ ਸ਼ੁਰੂ ਕੀਤਾ, ਬੜੇ ਰਸ ਵਿੱਚ ਕੀਰਤਨ ਕੀਤਾ। ਹੁਣ ਆਪਾਂ ਕਹਿੰਦੇ ਹਾਂ ਵੀ ਗੁਰੂ ਕੁਝ ਨਹੀਂ ਕਰ ਸਕਦਾ,
ਹੋਰ ਤਾਂ ਉਸ ਦਰਖਤ ਉੱਥੇ ਜੰਗਲ ਚ ਕੁਝ ਨਹੀਂ ਸੀ, ਇੱਕ ਜੰਡ ਦਾ ਰੁੱਖ ਲੱਗਾ ਹੋਇਆ ਸੀ। ਤੇ ਤੁਹਾਨੂੰ ਪਤਾ ਵੀ ਜੰਡ ਨੂੰ ਜਿਹੜੇ ਉਹ ਗੁੱਛੇ ਜੇ ਲੱਗਦੇ ਨੇ ਫਲੀਆਂ ਦੇ ਜਾਂ ਫਲਾਂ ਆਪਣੇ ਫੁੱਲਾਂ ਦੇ ਮਹੀਰੀਆਂ ਦੇ ਜਿਹੜੇ ਗੁੱਛੇ ਨੇ ਉਹ ਲੱਗੇ ਸੀ। ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਉਸ ਜੰਡ ਵੱਲ ਨਿਗਾਹ ਭਰ ਕੇ ਦੇਖਿਆ ਤੇ ਕਹਿਣ ਲੱਗੇ, ਹੇ ਪ੍ਰਭੂ ਪਰਮੇਸ਼ਰ, ਤੂੰ ਜ਼ਰੇ ਜ਼ਰੇ ਵਿੱਚ ਵਿਆਪਕ ਹੈ ਤੇ ਇਹ ਕੀਰਤਨ ਕਰਨ ਵਾਲਾ ਭਾਈ ਮਰਦਾਨਾ ਛਕਣ ਵਾਸਤੇ ਕੁਝ ਨਹੀਂ ਇਸ ਬੰਦ ਦੇ ਵਿੱਚ, ਆਪ ਕਿਰਪਾ ਕਰੋ। ਤੇ ਭਾਈ ਮਰਦਾਨੇ ਨੂੰ ਹੱਸ ਕੇ ਕਹਿਣ ਲੱਗੇ, ਜੇ ਕੀਰਤਨ ਕਰਦੇ ਭੁੱਖੇ ਮਰ ਗਏ ਤੇ ਫਿਰ ਕੀਰਤਨ ਦਾ ਕੀ ਲਾਭ, ਸਿਮਰਨ ਕਰਨ ਵਾਲੇ ਦੀ ਬਰਕਤ ਤੇ ਕਰੋੜਾਂ ਖਾਂਦੇ ਨੇ ਤੇ ਜੇ ਸਿਮਰਨ ਕਰਨ ਵਾਲਾ ਹੀ ਭੁੱਖਾ ਮਰ ਗਿਆ ਤਾਂ ਏਡੀ ਸਮਰੱਥਾ ਦੇ ਮਾਲਕ ਸੀ ਧੰਨ ਗੁਰੂ ਨਾਨਕ ਦੇਵ ਸਾਹਿਬ। ਉਹ ਜਿਹੜੇ ਗੁੱਛੇ ਲੱਗੇ ਸੀ ਉਹ ਮਿਸ਼ਰੀ ਦੇ ਗੁੱਛੇ ਬਣ ਗਏ ਤੇ ਭਾਈ ਮਰਦਾਨੇ ਨੂੰ ਕਹਿੰਦੇ ਲੈ ਖਾ। ਭਾਈ ਮਰਦਾਨੇ ਨੇ ਰੱਜ ਰੱਜ ਕੇ ਮਿਸ਼ਰੀ ਖਾਧੀ, ਭਾਈ ਬਾਲੇ ਨੇ ਖਾਧੀ। ਸੋ ਉਸ ਗੁਰਦੁਆਰੇ ਦਾ ਨਾਮ ਆ ਜੰਡ ਸਾਹਿਬ ਤੇ ਉਦਾਸੀ ਸੰਤ ਉਹਦੀ ਸੇਵਾ ਕਰਦੇ। ਅੱਜ ਵੀ ਸਾਲ ਚ ਕਿਤੇ ਨਾ ਕਿਤੇ ਉਹਨੂੰ ਕਿਸੇ ਪਾਸੇ ਕਿਸੇ ਗੁੱਛੇ ਨੂੰ ਮਿਸ਼ਰੀ ਲੱਗ ਜਾਂਦੀ। ਇੰਨੀ ਸਮਰੱਥਾ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਸੋ ਵਾਹਿਗੁਰੂ ਪਰਮੇਸ਼ਰ ਜਿੱਥੇ ਜਲਾਂ ਵਿੱਚ, ਥਲਾਂ ਵਿੱਚ, ਰੁੱਖਾਂ ਵਿੱਚ, ਦਰਖਤਾਂ ਵਿੱਚ, ਪੱਤਿਆਂ ਵਿੱਚ, ਦਸਵੇਂ ਪਾਤਸ਼ਾਹ ਤੇ ਇੱਥੋਂ ਤੱਕ ਕਹਿ ਦਿੰਦੇ ਆ ਕਿ ਬਨਾਂ ਦੇ ਤੀਲੇ, ਘਾਹ ਦੇ ਤੀਲਿਆਂ ਵਿੱਚੋਂ ਵੀ ਮੈਨੂੰ ਤੇਰੀ ਸਿਮਰਨ ਦੀ ਆਵਾਜ਼ ਸੁਣਦੀ ਹੈ। ਨੇਤ ਨੇਤ ਨਾਇਤੀ ਨਾਇਤੀ ਬਨ ਤ੍ਰਿਣ ਕਹਿ, ਉਹ ਵੀ ਕਹਿੰਦੇ ਹਨ ਸੱਚੇ ਪਾਤਸ਼ਾਹ। ਐਸਾ ਸਮਰੱਥ ਪ੍ਰਭੂ ਜੇ ਸਿਮਰਨ ਨਾ ਕੀਤਾ, ਬੰਦਗੀ ਨਾ ਕੀਤੀ, ਯਾਦ ਚ ਨਾ ਆਇਆ, ਜਿਹੜਾ ਏਡੀਆਂ ਬਰਕਤਾਂ ਦਾ ਮਾਲਕ ਹੈ, ਤਾਂ ਕਿੰਨਾ ਕੁ ਦੁੱਖ ਗਿਣੀਏ ਮਹਾਰਾਜ, ਕਹਿੰਦੇ ਦੱਸ ਨਹੀਂ ਸਕਦੇ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ, ਜਿੰਨਾ ਉਸ ਪ੍ਰਭੂ ਪਰਮੇਸ਼ਰ ਨੂੰ ਰਾਵਿਆ ਹੈ, ਉਸਦਾ ਨਾਮ ਜਪਿਆ ਹੈ, ਉਹਦਾ ਰਾਸ ਹੈ, ਉਹਨਾਂ ਦੇ ਭਾਗ ਮਣਾ ਮੂਹੀ ਹਨ। ਖੁਸ਼ ਨਸੀਬ ਨੇ ਵੱਡੇ ਭਾਗਾਂ ਵਾਲੇ ਹਨ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਸਤਿਗੁਰੂ ਜੀ ਬੇਨਤੀ ਕਰਨੀ ਸਿਖਾਉਂਦੇ ਨੇ ਕਿ ਸਾਡਾ ਮਨ ਵੀ ਹੇ ਪ੍ਰਭੂ ਪਰਮੇਸ਼ਰ ਜੀ ਤੇਰੇ ਦਰਸ਼ਨਾਂ ਨੂੰ ਲੋਚਦਾ ਹੈ, ਚਾਹੁੰਦਾ ਹੈ। ਸਾਡੇ ਅੰਦਰ ਵੀ ਪ੍ਰੇਮ ਦਾ ਉਮਾਹ ਹੈ, ਪ੍ਰੇਮ ਕਰਕੇ ਪਿਆਸ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੀ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ, ਜਿਹੜਾ ਚੇਤ ਦੇ ਮਹੀਨੇ ਚ ਉਸ ਪ੍ਰਭੂ ਪਰਮੇਸ਼ਰ ਨੂੰ ਮਿਲਾਉਣ ਵਾਲਾ ਸਾਡਾ ਸਤਿਗੁਰੂ ਹੈ, ਸਾਡੇ ਗੁਰੂ ਹਨ, ਉਹਨਾਂ ਦੇ ਚਰਨੀ ਲੱਗਣਾ ਚਾਹੀਦਾ ਹੈ। ਐਸੇ ਪ੍ਰਭੂ ਪਰਮੇਸ਼ਰ ਨੂੰ ਸਿਰਫ ਤੇ ਸਿਰਫ ਗੁਰੂ ਹੀ ਜਣਾ ਸਕਦਾ ਹੈ, ਗੁਰੂ ਹੀ ਮਿਲਾ ਸਕਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀ ਮਹਾਂਪੁਰਸ਼ਾਂ ਵੱਲੋਂ ਲੱਖ ਲੱਖ ਵਧਾਈ ਪ੍ਰਾਪਤ ਹੋਵੇ। ਲੇਖੇ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ।